ਪਹਿਲਾ ਪਾਣੀ ਜੀਉ ਹੈ ਜਿਤ ਭਰਿਆ ਸਭ ਹੋਏ। ਪਾਣੀ ਨਹੀਂ ਤਾਂ ਜੀਵਨ ਨਹੀਂ। ਦੁਨੀਆ ਦੇ ਵਿੱਚ ਸਭ ਤੋਂ ਵੈਲਿਊਏਬਲ ਜਿਹੜੀ ਚੀਜ਼ ਆ ਉਹ ਪਾਣੀ ਹੈ। UNO ਦੀ ਰਿਪੋਰਟ ਆ ਵੀ ਦੀ ਬੇਸਿਸ ਆਫ ਫਿਊਚਰ ਵਾਰਸ ਅਮੰਗਸਟ ਦੀ ਨੇਸ਼ਨਸ ਵੁੱਡ ਬੀ ਪੋਰਟੇਬਲ ਵਾਟਰ, ਨਾਟ ਓਇਲ। ਅਤੇ ਪੰਜਾਬ ਕੋਲ ਇੱਕੋ ਹੀ ਨੈਚੁਰਲ ਰਿਸੋਰਸ ਸੀਗਾ ਪਾਣੀ, ਅਤੇ ਉਹ ਵੀ ਸਾਡੇ ਤੋਂ ਖੋਹ ਲਿਆ। ਇਟਸ ਐਨ ਆਈਡੀਓਲੋਜੀ। ਪੰਜਾਬ ਬਹੁਤ ਜਲਦੀ ਡੈਜ਼ਰਟ 'ਚ ਕਨਵਰਟ ਹੋ ਜਾਏਗਾ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਅੱਜ ਰੇਗਿਸਤਾਨ ਬਣ ਦੇ ਕਿਨਾਰੇ 'ਤੇ ਖੜ੍ਹੀ ਆ। ਪੰਜਾਬ ਦੇ ਕੁੱਲ 138 ਬਲਾਕਾਂ ਵਿੱਚੋਂ 111 ਬਲਾਕਾਂ ਦਾ ਧਰਤੀ ਹੇਠਲਾ ਪਾਣੀ ਲਗਭਗ ਖਤਮ ਆ। ਨਾਸਾ ਵਰਗੇ ਦੁਨੀਆ ਦੇ ਨਾਮਵਰ ਅਦਾਰਿਆਂ ਨੇ ਇਹ ਸਾਫ਼ ਕਹਿਤਾ ਕਿ ਪੰਜਾਬ ਕੋਲ ਹੁਣ ਬਸ ਗਿਣਤੀ ਦੇ ਸਾਲਾਂ ਦਾ ਪਾਣੀ ਬਚਿਆ। ਪੰਜਾਬੀ ਸੱਭਿਅਤਾ ਦੀ ਹੋਂਦ ਅੱਜ ਖਤਰੇ 'ਚ ਆ। ਹੁਣ ਸਵਾਲ ਇਹ ਨਹੀਂ ਕਿ ਕੀ ਪੰਜਾਬ ਰੇਗਿਸਤਾਨ ਬਣ ਜੂ ਕਿ ਨਹੀਂ, ਹੁਣ ਤਾਂ ਗੱਲ ਸਿਰਫ ਇੰਨੀ ਕਾ ਕਿ ਕਿੰਨਾ ਕੁ ਸਮਾਂ ਰਹਿ ਗਿਆ। ਪੰਜਾਬੀਆਂ ਨੂੰ ਤਾਂ ਸ਼ਾਇਦ ਇਹ ਅੰਦਾਜ਼ਾ ਹੀ ਨਹੀਂ ਕਿ ਉਹਨਾਂ ਨਾਲ ਕੀ ਹੋਣ ਵਾਲਾ। ਪੰਜ ਦਰਿਆਵਾਂ ਦੀ ਧਰਤੀ ਮਾਰੂਥਲ ਬਣ ਜੂ, ਇਹ ਕਿਵੇਂ ਹੋ ਗਿਆ? ਕੌਣ ਜ਼ਿੰਮੇਵਾਰ ਹੈ ਇਸ ਲਈ? ਇਸ ਬੁਝਾਰਤ ਨੂੰ ਸਮਝਣ ਲਈ ਸਾਨੂੰ 70 ਸਾਲ ਪਿੱਛੇ ਇਹਦੀਆਂ ਜੜ੍ਹਾਂ 'ਚ ਜਾਣਾ ਪੈਣਾ। ਅਤੇ ਪੰਜਾਬ ਦੀ ਇਸ ਬਰਬਾਦੀ ਦੀ ਕਹਾਣੀ ਤਾਂ ਅਖੌਤੀ ਆਜ਼ਾਦੀ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। 1947 ਮੈਂ ਇਹਨੂੰ ਆਜ਼ਾਦੀ ਨਹੀਂ ਕਹਿੰਦਾ, 1947 ਦੀ ਜਿਹੜੀ ਪੋਜੀਸ਼ਨ ਆ ਉਹ ਅੰਗਰੇਜ਼ਾਂ ਨੇ ਆਪ ਹੀ ਡਿਫਾਈਨ ਕੀਤੀ ਹੈ, ਟ੍ਰਾਂਸਫਰ ਆਫ ਪਾਵਰ। ਇੱਕ ਤਾਕਤ ਇੱਕ ਹੱਥ ਤੋਂ ਦੂਜੇ ਹੱਥ ਵਿੱਚ ਦਿੱਤੀ ਗਈ ਔਰ ਉਸ ਸਿਲਸਿਲੇ ਦੇ ਵਿੱਚ ਸਿੱਖਾਂ ਦੀ ਟੋਟਲ ਆਬਾਦੀ ਦਾ 2.5% ਜਿਹੜਾ ਬੰਦਾ ਮਾਰਿਆ ਗਿਆ, 40% ਸਾਡਾ ਸਿੱਖ ਜਗਤ ਉੱਜੜ ਗਿਆ। ਕਿਸੇ ਕੌਮ ਦਾ 40% ਬੰਦਾ ਉੱਜੜ ਜਾਵੇ ਔਰ ਉਹ ਸੜਕਾਂ 'ਤੇ ਆ ਕੇ ਬੈਠ ਜਾਵੇ, ਉਹਨੂੰ ਰਹਿਣ ਨੂੰ ਕੋਈ ਜਗ੍ਹਾ ਨਾ ਹੋਵੇ, ਖਾਣ ਨੂੰ ਕੁਛ ਨਾ ਹੋਵੇ, ਪਹਿਨਣ ਨੂੰ ਕੁਛ ਨਾ ਹੋਵੇ, ਤੁਸੀਂ ਉਸ ਦੀ ਦੁਰਦਸ਼ਾ ਦਾ ਅੰਦਾਜ਼ਾ ਲਾ ਸਕਦੇ। ਇੰਨਾ ਅਨਿਆਏ ਫਿਰ ਜਿਹੜੇ ਪਾਕਿਸਤਾਨ ਉਸ ਏਰੀਏ ਦੇ ਵਿੱਚੋਂ, ਪੱਛਮੀ ਪੰਜਾਬ ਵਿੱਚੋਂ ਭਾਵ ਪਾਕਿਸਤਾਨ ਵਿੱਚੋਂ ਉੱਠ ਕੇ ਇਸ ਪਾਸੇ ਆਏ 47 ਦੇ ਵਿੱਚ, ਉਹਨਾਂ ਦੇ ਨਾਲ ਕੀ ਹੋਣੀ ਬੀਤੀ? ਤਾਂ ਉਸ ਵਕਤ ਨਹਿਰੂ ਦੀ ਇਹ ਸਟੇਟਮੈਂਟ ਸੀ ਜਦੋਂ ਇੱਥੋਂ ਦੇ ਗਵਰਨਰ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਬਈ ਇਹਨਾਂ ਨੂੰ ਦਿੱਲੀ ਦੇ ਚੁਫੇਰੇ 4-5 ਕਲੋਨੀਆਂ ਐਸੀਆਂ ਵਸਾ ਦਿੰਦੇ ਹਾਂ ਜਿੱਥੇ 5-5 ਲੱਖ ਜਿਹੜੇ ਉੱਥੋਂ ਉੱਜੜ ਕੇ ਆਏ ਲੋਕ ਨੇ ਉਹਨਾਂ ਨੂੰ ਦਿੱਲੀ ਦੇ 20-20 ਕਿਲੋਮੀਟਰ ਦੇ ਏਰੀਏ ਵਿੱਚ ਵਸਾ ਦਿੱਤਾ ਜਾਵੇ। ਤਾਂ ਨਹਿਰੂ ਨੇ ਨੱਕ ਚੜ੍ਹਾਉਂਦੇ ਹੋਏ ਕਿਹਾ ਸੀ ਕਿ ਇਹਨਾਂ ਨੂੰ ਦਿੱਲੀ ਤੋਂ 200 ਕਿਲੋਮੀਟਰ ਦੂਰ ਹੀ ਰੱਖ। ਪੰਜਾਬੀਆਂ ਦੇ ਵਿਹੜਿਆਂ 'ਚੋਂ ਤਾਂ ਹਲੇ 70 ਨਹੀਂ ਸੀ ਚੁੱਕੇ ਗਏ ਜਦੋਂ ਭਾਰਤ ਸਰਕਾਰ ਨੇ ਪੰਜਾਬ ਦੇ ਉਜਾੜੇ ਦਾ ਮੁੱਢ ਬੰਨ੍ਹਤਾ ਸੀ, ਪੰਜਾਬ ਦੇ ਦਰਿਆਵਾਂ ਨੂੰ ਲੁੱਟਣ ਦੇ ਮਾਸਟਰ ਪਲਾਨ ਦੇ ਨਾਲ। ਜੇ 47 ਤੋਂ ਪਹਿਲਾਂ ਪੰਜਾਬ ਦਾ ਕੋਈ ਪਾਣੀ ਬਾਹਰ ਜਾਂਦਾ ਸੀ ਤਾਂ ਉਹ ਸਿਰਫ ਬੀਕਾਨੇਰ ਨੂੰ ਜਾਂਦਾ ਸੀ, ਜਿਹੜੀ ਫਿਰੋਜ਼ਪੁਰ ਹੈੱਡਵਰਕਸ ਤੋਂ ਗੰਗ ਕਨਾਲ ਨਿਕਲਦੀ ਆ, ਜਿਹਨੂੰ ਬੀਕਾਨੇਰ ਫੀਡਰ ਵੀ ਕਹਿੰਦੇ ਨੇ। ਸਿਰਫ ਉਹੀ ਇੱਕ ਨਹਿਰ ਸੀ ਜੋ ਪੰਜਾਬ ਤੋਂ ਬਾਹਰ ਜਾਂਦੀ ਸੀ, ਉਹ ਵੀ ਮੁਫਤ ਨਹੀਂ ਸੀ। ਬੀਕਾਨੇਰ ਦਾ ਰਾਜਾ ਮਾਲੀਆ ਦਿੰਦਾ ਸੀ ਪੰਜਾਬ ਨੂੰ ਉਹਦਾ। 1947 ਤੱਕ ਉਸ ਪਾਣੀ ਦੇ ਪੰਜਾਬ ਨੂੰ ਪੈਸੇ ਮਿਲਦੇ ਰਹੇ ਨੇ ਅਤੇ 47 ਤੋਂ ਬਾਅਦ
ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਕੰਮ ਹੀ ਇਹ ਕੀਤਾ, ਉਹ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਸੀ ਮੁਫ਼ਤ ਕਰਤਾ। ਸਿਰਫ ਇੰਨਾ ਹੀ ਨਹੀਂ, 1950 'ਚ ਨਹਿਰੂ ਸਮੇਂ ਪੰਜਾਬ ਦੇ ਦਰਿਆਵਾਂ ਨੂੰ ਜੋੜਨ ਦੀ ਜਿਹੜੀ ਮਾਸਟਰ ਪਲੈਨ 'ਤੇ ਕੰਮ ਸ਼ੁਰੂ ਹੋਇਆ, ਉਂਝ ਤਾਂ ਇਹਦਾ ਬਲੂ ਪ੍ਰਿੰਟ 48 'ਚ ਹੀ ਤਿਆਰ ਹੋ ਗਿਆ ਸੀ, ਪਰ 50 'ਚ ਇਹਦੇ 'ਤੇ ਬਕਾਇਦਾ ਕੰਮ ਸ਼ੁਰੂ ਹੋ ਗਿਆ ਸੀ। ਜਦੋਂ ਗੁਲਜ਼ਾਰੀ ਲਾਲ ਨੰਦਾ ਕੇਂਦਰ 'ਚ ਸਿੰਚਾਈ ਅਤੇ ਊਰਜਾ ਦਾ ਮੰਤਰੀ ਸੀ, ਉਹ ਪਲੈਨਿੰਗ ਕਮਿਸ਼ਨ ਦਾ ਵਾਈਸ ਚੇਅਰਮੈਨ ਵੀ ਸੀ, ਉਹਦੀ ਦੇਖ ਰੇਖ 'ਚ ਦੋ ਵੱਡੇ ਪ੍ਰੋਜੈਕਟ, ਇੱਕ ਭਾਖੜਾ ਨੰਗਲ ਅਤੇ ਦੂਸਰਾ ਹਰੀਕੇ ਹੈੱਡਵਰਕਸ, ਇਹਨਾਂ 'ਤੇ ਕੰਮ ਸ਼ੁਰੂ ਹੋਇਆ। ਜਿਹੜਾ ਭਾਖੜਾ ਨੰਗਲ ਅਤੇ ਬਿਆਸ ਪ੍ਰੋਜੈਕਟ ਸੀ, ਇੱਕ ਤਾਂ ਮੇਨ ਉਹਦੇ 'ਚ ਭਾਖੜੇ ਡੈਮ ਦੀ ਉਸਾਰੀ ਸੀ ਅਤੇ ਦੂਸਰਾ ਬਿਆਸ ਦੇ ਪਾਣੀ ਨੂੰ ਸਤਲੁਜ 'ਚ ਪਾਉਣਾ, ਜਿਹਦੇ ਲਈ ਉਹਨਾਂ ਨੇ ਬਿਆਸ ਸਤਲੁਜ ਲਿੰਕ ਨਹਿਰ ਕੱਢੀ। ਦੇ ਵਿੱਚ ਕੀ ਕੀਤਾ ਕਿ ਹਿਮਾਚਲ ਪ੍ਰਦੇਸ਼ 'ਚ ਮੰਡੀ ਦੇ ਕੋਲ ਪਾਂਡੂ ਡੈਮ 'ਤੇ ਬਿਆਸ ਦੇ ਪਾਣੀ ਨੂੰ ਬੰਨ ਲਾ ਲਿਆ, ਉੱਥੋਂ 12 ਕਿਲੋਮੀਟਰ ਲੰਬੀ ਸੁਰੰਗ ਰਿਗਰ ਤੱਕ ਪੱਟੀ ਅਤੇ ਫਿਰ ਰਿਗਰ ਤੋਂ ਸੁੰਦਰਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਆ, ਖੁੱਲ੍ਹੀ ਨਹਿਰ, ਉਹਦੇ ਰਾਹੀਂ ਪਾਣੀ ਲੈ ਕੇ ਗਏ। ਸੁੰਦਰਨਗਰ ਤੋਂ ਗਾਂ ਫਿਰ ਸਤਲੁਜ ਤੱਕ 12 ਕਿਲੋਮੀਟਰ ਲੰਬੀ ਸੁਰੰਗ ਆ, ਜਿਹੜੀ ਅਲਸੀਦ ਖੱਡ ਕੋਲ ਜਾ ਕੇ ਗੋਬਿੰਦ ਸਾਗਰ ਝੀਲ ਦੇ ਉੱਪਰਲੇ ਪਾਸੇ ਸਤਲੁਜ ਪੈਂਦੀ ਆ। ਇਹ ਜਿਹੜਾ ਸਾਰਾ ਸਤਲੁਜ ਦਾ ਅਤੇ ਬਿਆਸ ਦਾ ਪਾਣੀ ਆ, 75 ਲੱਖ ਏਕੜ ਫੁੱਟ ਤੋਂ ਜ਼ਿਆਦਾ ਪਾਣੀ ਆ, ਜਿਹਨੂੰ ਗੋਬਿੰਦ ਸਾਗਰ ਝੀਲ 'ਚ ਰੋਕਿਆ ਭਾਖੜੇ ਡੈਮ ਦੇ ਨਾਲ, ਅਤੇ ਭਾਖੜੇ ਤੋਂ ਜਿਹੜਾ ਪਾਣੀ ਛੱਡਿਆ ਵੀ ਜਾਂਦਾ ਟਰਬਾਈਨਸ ਦੇ ਥਰੂ, ਉਹਨੂੰ 13 ਕਿਲੋਮੀਟਰ ਹੇਠ ਆ ਕੇ ਨੰਗਲ ਡੈਮ 'ਤੇ ਰੋਕਿਆ ਹੋਇਆ। ਫਿਰ ਨੰਗਲ ਡੈਮ ਤੋਂ ਇਹ ਪਾਣੀ ਪੱਕੀਆਂ ਨਹਿਰਾਂ ਰਾਹੀਂ ਪੰਜਾਬ ਤੋਂ ਬਾਹਰ ਜਾਂਦਾ। ਆਹ ਜਿਹੜੀ ਭਾਖੜਾ ਮੇਨ ਲਾਈਨ ਆ 1954 ਦੀ ਨਿਕਲੀ, ਇਹਦੇ ਰਾਹੀਂ ਦਿੱਲੀ, ਹਰਿਆਣਾ ਅਤੇ ਰਾਜਸਥਾਨ ਤੱਕ ਪਾਣੀ ਜਾਂਦਾ। ਸਤਲੁਜ ਤਾਂ ਨਾਂ ਦਾ ਹੀ ਦਰਿਆ, ਇਹਦੇ 'ਚ ਤਾਂ ਪਾਣੀ ਆਉਂਦਾ ਹੀ ਉਦੋਂ ਆ ਜਦੋਂ ਹੜ੍ਹ ਆਉਂਦੇ ਨੇ ਜਾਂ ਜਦੋਂ ਭਾਖੜਾ ਜਵਾਬ ਦਿੰਦਾ। ਅਤੇ ਇਸ ਦੇ ਨਾਲ ਦੂਜੇ ਪਾਸੇ 29 ਜਨਵਰੀ 1955 ਨੂੰ ਬਿਆਸ ਰਾਵੀ ਐਗਰੀਮੈਂਟ ਲਿਖਿਆ ਜਾਂਦਾ। ਆਪ ਹੀ ਲਿਖਣਾ, ਕਿਹੜਾ ਕਿਸੇ ਦੀ ਸਹਿਮਤੀ ਜ਼ਰੂਰੀ ਆ। ਫਿਰ ਉਸ ਐਗਰੀਮੈਂਟ ਰਾਹੀਂ ਰਾਵੀ ਦੇ ਪਾਣੀ ਨੂੰ ਪਠਾਨਕੋਟ ਕੋਲੋਂ ਮਾਧੋਪੁਰ ਹੈੱਡਵਰਕਸ, ਜਿਹੜਾ ਅੰਗਰੇਜ਼ਾਂ ਨੇ 1902 'ਚ ਬਣਾਇਆ ਸੀ ਮਾਝੇ ਦੀ ਸਿੰਚਾਈ ਲਈ, ਉੱਥੋਂ ਰਾਵੀ ਬਿਆਸ ਲਿੰਕ ਨਹਿਰ ਪੱਟੀ, ਜਿਹਦੇ ਰਾਹੀਂ ਰਾਵੀ ਦੇ ਪਾਣੀ ਨੂੰ ਬਿਆਸ 'ਚ ਪਾਇਆ। ਅਤੇ ਨਾਲ ਉੱਧਰ ਫਿਰੋਜ਼ਪੁਰ ਹੈੱਡਵਰਕਸ ਤੋਂ ਥੋੜ੍ਹਾ ਜਿਹਾ ਉੱਪਰ ਹਰੀਕੇ ਪੱਤਣ, ਜਿੱਥੇ ਸਤਲੁਜ ਅਤੇ ਬਿਆਸ ਮਿਲਦੇ ਨੇ, ਨਵਾਂ ਹੈੱਡਵਰਕਸ ਬਣਾ ਲਿਆ। ਹੁਣ ਹਰੀਕੇ ਅਤੇ ਰਾਵੀ ਦਾ ਪਾਣੀ, ਬਿਆਸ ਦਾ ਪਾਣੀ ਅਤੇ ਸਤਲੁਜ ਦਾ ਬਚਦਾ ਪਾਣੀ ਸਾਰਾ ਰੋਕ ਲਿਆ। ਅਤੇ ਜਿਹੜਾ ਫਿਰੋਜ਼ਪੁਰ ਹੈੱਡਵਰਕ ਸੀ, ਜਿੱਥੋਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਲਈ ਨਹਿਰਾਂ ਨਿਕਲੀਆਂ ਸੀ ਅੰਗਰੇਜ਼ਾਂ ਵੇਲੇ ਦੀਆਂ, ਉਹਦੇ ਲਈ ਬਚਿਆ ਹੀ ਕੁਛ ਨਹੀਂ। ਪਰ ਹਰੀਕੇ ਤੋਂ ਦੋ ਪੱਕੀਆਂ ਨਹਿਰਾਂ ਕੱਢਤੀਆਂ ਰਾਜਸਥਾਨ ਲਈ, ਇੱਕ ਤਾਂ ਬੀਕਾਨੇਰ ਫੀਡਰ ਨੂੰ ਸਪਲਾਈ ਦੇਣ ਲਈ 1953 'ਚ, ਅਤੇ ਦੂਸਰੀ ਇੰਦਰਾ ਗਾਂਧੀ ਨਹਿਰ ਜਿਹਨੂੰ ਰਾਜਸਥਾਨ ਫੀਡਰ ਵੀ ਕਹਿੰਦੇ ਨੇ, 1961 'ਚ ਕੱਢੀ ਆ, ਜਿਹੜੀ ਜੈਸਲਮੇਰ ਤੱਕ ਜਾਂਦੀ ਆ ਪੰਜਾਬ ਦਾ ਪਾਣੀ ਲੈ ਕੇ। ਜਦੋਂ ਭਾਰਤ ਸਰਕਾਰ ਨੇ ਰਾਜਸਥਾਨ ਦੇ ਥਾਰ ਮਾਰੂਥਲ ਦੀ ਸਿੰਚਾਈ ਲਈ ਹਰੀਕੇ ਤੋਂ ਪੱਕੀਆਂ ਨਹਿਰਾਂ ਕੱਢਣ ਦੀ ਯੋਜਨਾ ਵਰਲਡ ਬੈਂਕ ਅੱਗੇ ਪੇਸ਼ ਕੀਤੀ, ਤਾਂ ਉਸਨੇ ਇਸ ਪ੍ਰੋਜੈਕਟ ਨੂੰ ਇੱਕ ਡੂਵੀਅਸ ਅਤੇ ਇਕਨੋਮਿਕਲੀ ਅਨਜਸਟੀਫਾਈਏਬਲ ਪ੍ਰੋਜੈਕਟ ਕਹਿ ਕੇ ਰੱਦ ਕਰ ਦਿੱਤਾ ਸੀ। ਵਰਲਡ ਬੈਂਕ ਦੇ ਮਾਹਰਾਂ ਦੀ ਟੀਮ ਤਾਂ ਇਹ ਕਹਿੰਦੀ ਆ ਕਿ ਆਹ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ, ਇਹ ਪਾਣੀਆਂ ਦੀ ਵੀ ਬਰਬਾਦੀ ਆ ਅਤੇ ਪੰਜਾਬ ਦੀ ਵੀ, ਪਰ ਉਸ ਦੇ ਬਾਵਜੂਦ ਨਹਿਰਾਂ ਕੱਢਤੀਆਂ। 650 ਕਿਲੋਮੀਟਰ ਲੰਮੀ ਦਰਿਆਨੁਮਾ ਇਹ ਨਹਿਰ ਬੀਕਾਨੇਰ ਅਤੇ ਜੈਸਲਮੇਰ ਦੇ ਮਾਰੂਥਲ ਨੂੰ ਆਬਾਦ ਕਰਨ ਲਈ ਪੰਜਾਬ ਦਾ 7.6 ਮਿਲੀਅਨ ਏਕੜ ਫੁੱਟ ਪਾਣੀ ਲਿਜਾ ਰਹੀ ਹੈ। ਪੰਜਾਬੀਆਂ ਨੂੰ ਇਹ ਕਦੇ ਵੀ ਉਮੀਦ ਨਹੀਂ ਸੀ
ਵੀ ਜੋ ਆਜ਼ਾਦੀ ਲਈ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਉਹੀ ਆਜ਼ਾਦੀ ਉਹਨਾਂ ਦੇ ਪਾਣੀ, ਸੱਭਿਆਚਾਰ, ਬੋਲੀ, ਹਰ ਇੱਕ ਚੀਜ਼ ਨੂੰ ਹੜੱਪ ਕਰ ਜੂਗੀ। ਪੰਜਾਬ ਦਾ ਅਤੇ ਜਿਹੜਾ ਹਿੰਦੁਸਤਾਨ ਦਾ ਵਿੱਚ ਆਪਸ ਵਿੱਚ ਇੱਕ ਰਿਲੇਸ਼ਨਸ਼ਿਪ ਆ ਨਾ, ਇਹ 47 ਦੇ ਵਿੱਚ ਉਹਨੂੰ ਸਾਡਾ ਇੱਕ ਆਪਾਂ ਕਹਿੰਦੇ ਨਵਾਂ ਮਾਈਲ ਸਟੋਨ, ਇੱਕ ਨਵੇਂ ਤਰੀਕੇ ਨਾਲ ਬਾਹਰ ਆ ਰਿਹਾ, ਜਿਹੜਾ ਨਿਖਾਰ ਹੋਰ ਸਿੱਧੇ ਰੂਪ ਵਿੱਚ ਨਿਖਾਰ ਆ ਗਿਆ ਉਹਦਾ। ਬਟ ਜਿਹੜੀਆਂ ਪੋਲਿਸੀਜ਼ 1930s ਤੋਂ ਹੀ ਦੇਖੀ ਜੇ ਸਿੱਖਾਂ ਦੇ ਪ੍ਰਤੀ ਕੀ ਹੋ ਗਈਆਂ ਸੀ, ਇਹ ਫੋਰਸ਼ੈਡੋਇੰਗ ਸਾਨੂੰ 47 ਤੋਂ ਪਹਿਲਾਂ ਹੀ ਮਿਲ ਗਈ ਸੀਗੀ। ਕਾਂਗਰਸ ਵਾਲਿਆਂ ਨੇ ਇੱਕ ਪ੍ਰੋਮਿਸ ਕੀਤਾ ਸੀ ਵੀ ਜਦੋਂ ਅਸੀਂ ਆਜ਼ਾਦ ਹੋਵਾਂਗੇ, ਅੰਗਰੇਜ਼ ਚਲੇ ਜਾਣਗੇ, ਤਾਂ ਉਸ ਤੋਂ ਬਾਅਦ ਅਸੀਂ ਹਿੰਦੁਸਤਾਨ ਨੂੰ ਲਿੰਗੁਇਸਟਿਕ ਅਤੇ ਕਲਚਰਲ ਅਤੇ ਜੋਗ੍ਰਾਫਿਕਲ ਬੇਸਿਸ ਦੇ ਉੱਤੇ ਅੱਡ ਸਟੇਟਾਂ 'ਚ ਵੰਡਾਂਗੇ। ਵੰਡ ਦੇ ਉਜਾੜੇ ਪਿੱਛੋਂ ਮੁੜ ਵਸੇਬੇ ਵਿੱਚ ਹੋਏ ਧੋਖੇ ਦੇ ਜ਼ਖਮ ਅਜੇ ਅੱਲੇ ਹੀ ਸਨ ਕਿ ਪੰਜਾਬ ਵਿੱਚ ਹੀ ਪੰਜਾਬੀ ਬੋਲੀ ਦੀ ਹੋਂਦ ਖਤਰੇ ਵਿੱਚ ਜਾ ਪਈ। ਆਪਣੀ ਹੋਂਦ ਅਤੇ ਮਾਂ ਭਾਸ਼ਾ ਦੀ ਸਲਾਮਤੀ ਲਈ ਪੰਜਾਬੀ ਸੂਬਾ ਸਿੱਖਾਂ ਨੇ ਮੰਗਿਆ। ਉਹਨੇ ਭਾਸ਼ਾਈ ਸੂਬੇ ਬਾਕੀ ਤਾਂ ਸਾਰੇ ਹਿੰਦੁਸਤਾਨ ਵਿੱਚ ਬਣਾਉਣੇ ਪ੍ਰਵਾਨ ਕਰ ਲਏ ਜਾਂ ਕਮਿਸ਼ਨ ਬਿਠਾ ਤਾ, ਲੇਕਿਨ ਉਸ ਕਮਿਸ਼ਨ ਨੂੰ ਪਾਬੰਦ ਕਰ ਦਿੱਤਾ ਵੀ ਉੱਤਰੀ ਭਾਰਤ ਵਿੱਚ ਕੋਈ ਨਹੀਂ ਕਰਨਾ। ਅਤੇ ਤੁਸੀਂ ਹੈਰਾਨ ਹੋਵੋਗੇ ਵੀ ਉਸ ਵੇਲੇ ਦੀ ਲੀਡਰਸ਼ਿਪ ਨੇ, ਉਸ ਵੇਲੇ ਦੀ ਸਰਕਾਰ ਨੇ, ਉਹਨਾਂ ਨੇ ਬੈਨ ਕਰ ਦਿੱਤਾ ਕਿ ਤੁਸੀਂ ਪੰਜਾਬੀ ਸੂਬਾ ਜ਼ਿੰਦਾਬਾਦ ਵੀ ਨਹੀਂ ਕਹਿ ਸਕਦੇ। ਟਾਈਮ ਮੈਗਜ਼ੀਨ ਦੇ ਵਿੱਚ ਨਹਿਰੂ ਨੇ ਸਟੇਟਮੈਂਟ ਦਿੱਤੀ ਸੀ ਕਿ ਮੈਨੂੰ ਜ਼ਰੂਰਤ ਪਈ ਤਾਂ ਮੈਂ ਸਿਵਲ ਵਾਰ ਕਰ ਲੂੰਗਾ, ਪਰ ਮੈਂ ਪੰਜਾਬੀ ਸੂਬਾ ਕਦੇ ਕੰਸੀਡ ਨਹੀਂ ਕਰਨਾ। ਡੇਢ ਦਹਾਕੇ ਦੀ ਲੰਮੀ ਜੱਦੋ ਜਹਿਦ ਤੋਂ ਬਾਅਦ ਇਟ ਵਾਜ਼ ਅ ਲੌਂਗ ਰਨ ਸਟਰਗਲ ਇਨ ਵਿੱਚ ਅਬਾਊਟ 65,000 ਪੀਪਲ ਹੈਡ ਟੂ ਕੋਰਟ ਅਰੈਸਟ ਐਂਡ ਅਲਟੀਮੇਟਲੀ ਵੈਨ ਪੰਜਾਬੀ ਸੂਬਾ ਵਾਜ਼ ਫੋਰਮਡ ਇਟ ਵਾਜ਼ ਨਾਟ ਅਕੋਰਡਿੰਗ ਟੂ ਦੀ ਵਿਸ਼ਿਜ਼ ਆਫ ਦੀ ਪੀਪਲ। ਇੱਕ ਲਾਈਨ ਦਾ ਰੈਜ਼ੋਲੂਸ਼ਨ ਸੀ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਕਿ ਦੀ ਪੰਜਾਬੀ ਸਪੀਕਿੰਗ ਏਰੀਆ ਵੀ ਕਾਰਵਡ ਆਊਟ ਆਫ ਦਿਸ ਸਟੇਟ ਆਫ ਪੰਜਾਬ। ਕੋਈ ਹਰਿਆਣੇ ਦਾ ਰੈਫਰੈਂਸ ਨਹੀਂ ਸੀ ਉਸ ਦੇ ਵਿੱਚ। ਅਖੀਰ ਜਦ ਸਿੱਖ ਕੌਮ ਦੇ ਸਿਰੜ ਅਤੇ ਰਾਜਨੀਤਿਕ ਮਜਬੂਰੀ ਵੱਸ ਕੇਂਦਰ ਨੂੰ ਪੰਜਾਬੀ ਸੂਬੇ ਦੀ ਮੰਗ ਮੰਨਣੀ ਪਈ ਤਾਂ ਉਸਨੇ ਨਾ ਸਿਰਫ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਵੱਖ ਕਰ ਦਿੱਤੇ, ਸਗੋਂ ਪੰਜਾਬ ਦੀ ਰੂਹ, ਪੰਜਾਬ ਦੇ ਦਰਿਆਈ ਪਾਣੀਆਂ 'ਤੇ ਵੀ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਉਹਨਾਂ ਨੇ ਰੀਆਰਗਨਾਈਜੇਸ਼ਨ ਜਿਹੜਾ ਬਿੱਲ ਸੀ ਉਸ ਦੇ ਵਿੱਚ 3 ਕਲੋਸਿਸ ਇੰਡਕਟ ਕਰਤੀਆਂ, 78, 79, 80। ਬਹੁਤ ਐਡਾ ਬੜਾ ਬਿੱਲ ਆ, ਲੇਕਿਨ ਉਹਦੇ 'ਚ ਸਭ ਤੋਂ ਜਿਹੜੀਆਂ ਘਾਤਕ, ਸਭ ਤੋਂ ਜਿਹੜੀਆਂ ਖਤਰਨਾਕ, ਸਭ ਤੋਂ ਜਿਹੜੀਆਂ ਚਲਾਕ ਅਤੇ ਸਭ ਬੇਈਮਾਨੀ ਜਿਹੜੀ ਕੀਤੀ ਗਈ ਉਹ ਪੰਜਾਬ ਦੇ ਪਾਣੀਆਂ 'ਤੇ ਕੀਤੀ ਗਈ। ਪੰਜਾਬ ਦਾ ਇੱਕੋ ਹੀ ਸੋਰਸ, ਨੈਚੁਰਲ ਸੋਰਸ ਆ, ਉਹ ਹੈ ਰਿਵਰ ਵਾਟਰਸ। ਰਿਵਰ ਵਾਟਰਸ ਪੰਜਾਬ ਦੇ ਨੂੰ, ਪੰਜਾਬ ਦੇ ਜਿਹੜੇ ਦਰਿਆ ਇਹ ਸਬਸਿਡਰੀਜ਼ ਆ ਇੰਡਸ ਵਾਟਰ ਦੀ, ਜਿਹੜਾ ਪਾਕਿਸਤਾਨ ਦੇ ਵਿੱਚ ਚੱਲਦਾ ਉਹਦੇ ਵਿੱਚ ਜਾ ਕੇ ਗਿਰਦੇ ਆ ਸਾਰੇ ਪੰਜਾਬ ਦੇ ਦਰਿਆ। ਤਾਂ ਪੰਜਾਬ ਦਾ ਜਿਹੜਾ ਰੀਓਰਗਨਾਈਜੇਸ਼ਨ ਐਕਟ ਆ ਉਸ ਦੀਆਂ 78, 79, 80 ਤਿੰਨ ਧਾਰਾਵਾਂ, 78, 79, 80 ਕੀ ਹੈਗੀਆਂ। ਪਹਿਲਾ 78 ਦਾ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ, ਉਹ ਪੰਜਾਬ ਦੀ ਅਧਿਕਾਰ ਖੇਤਰ 'ਚ ਨਹੀਂ, ਉਹ ਕੱਢ ਕੇ ਉਹਨਾਂ ਨੇ ਸੈਂਟਰ ਦੇ ਅਧਿਕਾਰ ਖੇਤਰ 'ਚ ਪਾ ਤਾ। 79 ਆ ਡਿਵੈਲਪਮੈਂਟ ਆਫ ਰਿਵਰਸ, ਉਹ ਉਹਨਾਂ ਨੇ ਕੱਢ ਕੇ, ਪੰਜਾਬ ਹੈ ਸਟੇਟ ਸਬਜੈਕਟ ਇੰਡੀਅਨ ਕੰਸਟੀਟਿਊਸ਼ਨ 'ਚ, ਲੇਕਿਨ ਉਹਨਾਂ ਨੇ ਕੱਢ ਕੇ ਸਟੇਟ ਤੋਂ ਸੈਂਟਰ ਨੇ ਆਪਣੇ ਅਧਿਕਾਰ 'ਚ ਲੈ ਲਿਆ। ਫਿਰ ਤੀਜੀ ਜਿਹੜੀ ਧਾਰਾ 80, ਕੰਟਰੋਲ ਆਫ ਪੰਜਾਬ ਰਿਵਰ ਹੈੱਡਵਰਕਸ, ਉਹ ਸਟੇਟ ਦਾ ਸਬਜੈਕਟ ਆ, ਉਹਨਾਂ ਨੇ ਕੱਢ ਕੇ ਸੈਂਟਰ ਦੇ ਕੋਲ ਲੈ। ਜਿਹੜੀਆਂ ਦੂਸਰੀਆਂ ਸਟੇਟਾਂ ਭਾਰਤ ਦੇ ਵਿੱਚ ਡਿਵਾਈਡ ਹੋਈਆਂ, ਇੱਕ ਦੀਆਂ ਦੋ ਸਟੇਟਾਂ ਬਣੀਆਂ, ਕਿਸੇ ਦੇ ਵਿੱਚ ਇਹੋ ਜਿਹੇ ਜਿਹੜੀਆਂ ਕਲੋਜ਼ ਨਹੀਂ ਪਾਈਆਂ ਗਈਆਂ, ਪਰ ਪੰਜਾਬ ਅਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਜਦੋਂ ਬਣੇ ਇਹਦੇ ਵਿੱਚ ਇਹ ਕਲੋਜ਼ ਪਾਈਆਂ ਗਈਆਂ। ਜਿਹੜੇ ਲੀਗਲ ਮਾਹਰ ਆ ਜਾਂ ਪਾਣੀਆਂ ਦੇ ਮਾਹਰ ਆ, ਉਹ ਕਹਿੰਦੇ ਵੀ ਜਿਹੜੀਆਂ ਕਲੋਜ਼ ਆ ਇਹ ਦੇਸ਼ ਦੇ ਕਾਨੂੰਨ ਦੇ ਅਨੁਸਾਰ ਗੈਰ ਸੰਵਿਧਾਨਕ ਆ। ਇਹ ਗੱਲ ਕੀ, ਪੰਜਾਬ ਦਿੱਲੀ ਤਖ਼ਤ ਦੀ ਮਨਜ਼ੂਰੀ ਤੋਂ ਬਗੈਰ ਇੱਕ ਸੂਆ ਤੱਕ ਨਹੀਂ ਪੱਟ ਸਕਦਾ। ਅੰਤਰਰਾਸ਼ਟਰੀ ਰਿਪੇਰੀਅਨ ਲਾਅ ਦੀ ਤਾਂ ਗੱਲ ਹੀ ਛੱਡੋ। ਸਾਡੇ ਨਾਲ ਅਨਕੰਸਟੀਟਿਊਸ਼ਨੈਲਿਟੀ ਕੀਤੀ ਹੈ, ਇੰਡੀਅਨ ਕੰਸਟੀਟਿਊਸ਼ਨ ਵੀ ਪੰਜਾਬ ਦੇ ਉੱਤੇ ਨਹੀਂ ਅਪਲਾਈ ਕੀਤਾ, ਪੰਜਾਬ ਦੇ ਦਰਿਆਵਾਂ ਪਾਣੀਆਂ ਦੇ ਸੰਬੰਧ ਦੇ ਵਿੱਚ।
ਪੰਜਾਬ ਦੇ ਕੁੱਲ ਪਾਣੀਆਂ ਦਾ 75% ਤੋਂ ਵੀ ਵੱਧ ਹਿੱਸਾ ਕੇਂਦਰ ਨੇ ਪੰਜਾਬ ਤੋਂ ਖੋਹ ਦੂਸਰੇ ਸੂਬਿਆਂ ਨੂੰ ਵੰਡ ਦਿੱਤਾ, ਉਹ ਵੀ ਮੁਫ਼ਤ। ਪੰਜਾਬ ਦੇ ਕੁੱਲ 17.17 ਮਿਲੀਅਨ ਏਕੜ ਫੁੱਟ ਪਾਣੀ ਵਿੱਚੋਂ ਪੰਜਾਬ ਲਈ ਬਚਿਆ ਤਾਂ ਸਿਰਫ 4.22 ਮਿਲੀਅਨ ਏਕੜ ਫੁੱਟ, ਚੌਥੇ ਹਿੱਸੇ ਤੋਂ ਵੀ ਘੱਟ। ਕੋਈ ਸਮਝੌਤਾ ਨਹੀਂ ਸੀ, ਕੋਈ ਸਹਿਮਤੀ ਨਹੀਂ ਸੀ ਪੰਜਾਬ ਦੀ, ਬਸ ਅਵਾਰਡ ਜਾਰੀ ਕਰਤਾ ਇੰਦਰਾ ਗਾਂਧੀ ਨੇ, ਸਿੱਧਾ ਤਾਨਾਸ਼ਾਹੀ ਹੁਕਮ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਉਦੋਂ ਪੰਜਾਬ ਦਾ, ਜਦੋਂ 24 ਮਾਰਚ 1976 ਨੂੰ ਇੰਦਰਾ ਗਾਂਧੀ ਦੇ ਇਸ ਹੁਕਮ ਨੇ ਪੰਜਾਬ ਦਾ 75% ਤੋਂ ਜ਼ਿਆਦਾ ਪਾਣੀ ਲੁੱਟ ਲਿਆ, ਭਿਖਾਰੀ ਬਣਾਤਾ ਪੰਜਾਬ ਨੂੰ। ਪੰਜਾਬ ਆਪਣੀਆਂ ਫਸਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਕੱਢੇ ਧਰਤੀ ਹੇਠੋਂ, ਉਸ ਲਈ ਡੀਜ਼ਲ ਲਵੇ ਮੁੱਲ ਦਾ, ਕੋਲਾ ਲਵੇ ਮੁੱਲ ਦਾ, ਤੇ ਖੁਦ ਆਪਣਾ ਪਾਣੀ ਦੇਵੇ ਮੁਫ਼ਤ ਵਿੱਚ। ਪੰਜਾਬ ਨੂੰ ਇਸ ਟਾਈਮ 69 ਮਿਲੀਅਨ ਏਕੜ ਫੁੱਟ ਪਾਣੀ ਦੀ ਲੋੜ ਆ, ਜਿਹਦੇ ਵਿੱਚੋਂ 54 ਮਿਲੀਅਨ ਏਕੜ ਸਾਨੂੰ ਸਾਡੀਆਂ ਐਗਰੀਕਲਚਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਚਾਹੀਦਾ, ਜਿੱਦਾਂ ਅਤੇ ਆਪਣਾ ਜਿਹੜਾ ਹੈਗਾ 10 ਮਿਲੀਅਨ ਏਕੜ ਫੁੱਟ ਚਾਹੀਦਾ ਸਾਨੂੰ ਸ਼ਹਿਰਾਂ ਦੀਆਂ ਜ਼ਰੂਰਤਾਂ ਲਈ, ਅਤੇ 5 ਮਿਲੀਅਨ ਏਕੜ ਚਾਹੀਦਾ ਸਾਨੂੰ ਜਿਹੜੀ ਸਾਡੀ ਇੰਡਸਟਰੀ ਆ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ। 1 ਮਿਲੀਅਨ ਏਕੜ ਫੁੱਟ ਪਾਣੀ ਦਾ ਭਾਵ ਆ ਜੇ 10 ਲੱਖ ਏਕੜਾਂ ਦੇ ਵਿੱਚ 1 ਫੁੱਟ ਪਾਣੀ ਭਰਿਆ ਹੋਵੇ, ਅਤੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਜੇ ਟੋਟਲ ਪਾਣੀ ਵੀ ਆਪਾਂ ਯੂਟੀਲਾਈਜ਼ ਕਰੀਏ, ਜਿਹੜਾ ਜਿੰਨਾ ਟੋਟਲ ਪਾਣੀ ਪੰਜਾਬ ਦੇ ਦਰਿਆਵਾਂ 'ਚ ਇਸ ਟਾਈਮ ਅਵੇਲੇਬਲ ਆ, ਉਹਦੇ ਨਾਲ ਸਾਡਾ ਅੱਧਾ ਪਾਣੀ ਵੀ ਪੂਰਾ ਨਹੀਂ ਹੁੰਦਾ ਜਿੰਨੀ ਸਾਡੀ ਸਾਲ ਦੀ ਜ਼ਰੂਰਤ। ਪੰਜਾਬ ਦਾ ਇਕੱਲਾ ਪਾਣੀ ਹੀ ਨਹੀਂ ਲੁੱਟਿਆ, ਪਾਣੀ ਤੋਂ ਬਣਨ ਵਾਲੀ ਬਿਜਲੀ ਵੀ ਲੁੱਟ ਲਈ ਆ। ਅੱਜ ਪੰਜਾਬ ਦੀ ਇੰਡਸਟਰੀ ਆਖਰੀ ਸਾਹ 'ਤੇ ਆ। ਵੱਡੇ ਉਦਯੋਗਪਤੀਆਂ ਨੂੰ ਤਾਂ ਉਹਨਾਂ ਨੇ ਸਮਝਾਤਾ ਕਿ ਕੋਈ ਗੱਲ ਨਹੀਂ, ਗੁੜਗਾਓਂ ਆ ਜਾਓ, ਪਰ ਜਿਹੜੇ 2 ਲੱਖ ਦੇ ਕਰੀਬ ਛੋਟੇ ਉਦਯੋਗ ਨੇ ਪੰਜਾਬ 'ਚ, ਉਹ ਕਿੱਥੇ ਜਾਣਗੇ? ਹੁਣ ਦੇਖੋ, ਪੰਜਾਬ ਦਾ ਕਿਸਾਨ ਜਿਹਨੂੰ ਵੀ ਨਹਿਰੀ ਪਾਣੀ ਮਿਲਦਾ ਉਹ ਤਾਂ ਤਾਰਦਾ ਮਾਲੀ ਆ, ਉਸਦਾ ਮੁੱਲ ਮਿਲਦਾ ਉਸਨੂੰ, ਅਤੇ ਜਿਹੜਾ ਪੰਜਾਬ ਦਾ ਆਪਦਾ ਪਾਣੀ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਉਹ ਮੁਫ਼ਤ ਜਾ ਰਿਹਾ। ਉਹ ਵੀ ਉਦੋਂ ਜਦੋਂ ਪੰਜਾਬ ਖੁਦ ਚੂੜੀ ਚੂੜੀ ਪਾਣੀ ਲਈ ਤਰਸ ਰਿਹਾ ਹੈ। ਇੰਦਰਾ ਗਾਂਧੀ ਦੇ ਇਸੇ ਧੱਕੇ 'ਚੋਂ ਤਾਂ ਆਨੰਦਪੁਰ ਸਾਹਿਬ ਦੇ ਮਤੇ ਦਾ ਜਨਮ ਹੁੰਦਾ। ਇੱਕ ਪਾਸੇ ਪੰਜਾਬ ਦਾ 75% ਤੋਂ ਜ਼ਿਆਦਾ ਪਾਣੀ ਪੰਜਾਬ ਤੋਂ ਬਾਹਰ ਜਾ ਰਿਹਾ ਹੈ, ਅਤੇ ਦੂਜੇ ਪਾਸੇ ਪੰਜਾਬ ਦਾ ਅੰਨਦਾਤਾ ਖੁਦ ਟਿਊਬਵੈੱਲਾਂ ਅਤੇ ਸਬਮਰਸੀਬਲਾਂ ਨਾਲ ਮੱਥਾ ਮਾਰ ਧਰਤੀ ਹੇਠੋਂ ਪਾਣੀ ਕੱਢਣ ਲਈ ਮਜਬੂਰ ਹੈ। ਅੱਜ ਪੰਜਾਬ ਦੇ ਵਿੱਚ 15-20 ਲੱਖ ਦੇ ਕਰੀਬ ਮਤਲਬ ਟਿਊਬਵੈੱਲ ਆ। ਪਹਿਲਾਂ ਜਿਹੜੀਆਂ ਸੀਗੀਆਂ ਮੋਟਰਾਂ ਉਤਲੇ ਲੈਵਲ ਤੋਂ ਪਾਣੀ ਚੱਕਦੀਆਂ ਸੀ ਅਤੇ ਬਹੁਤ ਘੱਟ ਕੋਸਟ ਪੈਂਦੀ ਸੀ, ਹੁਣ ਸਬਮਰਸੀਬਲ ਪੰਪ ਲਾਉਣੇ ਪੈ ਰਹੇ ਆ, ਹਰੇਕ ਸਾਲ ਬੋਰ ਡੂੰਘੇ ਕਰਨੇ ਪੈ ਰਹੇ। ਇਹ ਸਾਰੇ ਖਰਚੇ ਨੂੰ ਨਾ ਵੀ ਆਪਾਂ ਕਾਊਂਟ ਕਰੀਏ, ਜਿਹੜਾ ਇਕੱਲੀ ਬਿਜਲੀ ਦਾ ਪਾਣੀ ਬਿਜਲੀ ਦਾ ਖਰਚਾ ਆ ਰਿਹਾ ਪੰਜਾਬ ਵਾਲਿਆਂ ਦਾ, ਸਰਦਾਰ ਪ੍ਰੀਤਮ ਸਿੰਘ ਕੁੰਮੇਦਾਨ ਹੋਣਾਂ ਦੇ ਅਨੁਸਾਰ ਤਕਰੀਬਨ 2000 ਕਰੋੜ ਰੁਪਈਏ ਦੀ ਬਿਜਲੀ ਲੱਗ ਜਾਂਦੀ ਹਰੇਕ ਸਾਲ ਪੰਜਾਬ 'ਚ ਧਰਤੀ ਹੇਠਲਾ ਪਾਣੀ ਕੱਢਣ ਲਈ, ਜਿਹੜਾ ਅਸੀਂ ਪਾਣੀ ਯੂਟੀਲਾਈਜ਼ ਕਰਦੇ ਹਾਂ। ਦੁਨੀਆਂ 'ਚ ਪੰਜਾਬ ਵਰਗੇ ਬਹੁਤ ਘੱਟ ਅਜਿਹੇ ਖਿੱਤੇ ਨੇ ਜਿਨ੍ਹਾਂ ਹੇਠ ਕੁਦਰਤ ਨੇ ਨਿਰਮਲ ਪਾਣੀ ਦੇ ਸੋਮੇ ਸਿਰਜੇ। ਇਹਨਾਂ ਸੋਮਿਆਂ ਦੀ ਇਹ ਸਿਰਜਣਾ ਕੋਈ ਦਹਾਕਿਆਂ ਜਾਂ ਸਦੀਆਂ 'ਚ ਨਹੀਂ ਹੋਈ, ਸਗੋਂ ਯੁੱਗਾਂ ਵਿੱਚ ਹੋਈ ਹੈ। ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਇਹ ਪਹਿਲਾ ਪੱਤਣ ਤਕਰੀਬਨ 20-25 ਫੁੱਟ ਡੂੰਘੀ ਇਸ ਰੇਤਲੀ ਤਹਿ ਵਿੱਚ ਮੌਜੂਦ ਸੀ, ਜਿਸ ਦੀ ਵਰਤੋਂ ਖੂਹਾਂ ਅਤੇ ਹੱਥ ਵਾਲੇ ਨਲਕਿਆਂ ਨਾਲ ਕੀਤੀ ਜਾਂਦੀ ਰਹੀ ਹੈ। ਇਹ ਸਬ ਸਰਫਿਸ ਵਾਟਰ ਜਾਂ ਅਨਕਨਫਾਈਂਡ ਐਕੂਫਰ ਪਾਣੀ ਦੀ ਉਹ ਤਹਿ ਜਿਸ ਦੇ ਪੱਧਰ ਵਿੱਚ ਵਾਧਾ ਜਾਂ ਘਾਟਾ ਇਸ ਦੀ ਵਰਤੋਂ ਅਤੇ ਮੀਹਾਂ ਨਾਲ ਇਸ ਦੇ ਮੁੜ ਰੀਚਾਰਜ ਹੋਣ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਪੰਜਾਬ ਦੇ ਪਾਣੀ ਦੀ ਪਹਿਲੀ ਤਹਿ ਤਾਂ ਕਈ ਦਹਾਕਿਆਂ ਤੋਂ ਖੁਸ਼ਕ ਹੋ ਚੁੱਕੀ ਹੈ। ਜੇਕਰ ਲਗਾਤਾਰ ਕਈ ਸਾਲ ਭਾਰੀ ਮੀਹਾਂ ਅਤੇ ਦਰਿਆਈ ਪਾਣੀਆਂ ਦੀ ਖੁੱਲ੍ਹੀ ਵਰਤੋਂ ਨਾਲ ਪਾਣੀ ਦੀ ਇਹ ਸਤਾ ਥੋੜ੍ਹੀ ਬਹੁਤੀ ਮੁੜ ਰੀਚਾਰਜ ਹੋ ਵੀ ਜਾਂਦੀ ਹੈ, ਤਾਂ ਵੀ ਇਹ ਪਾਣੀ ਨਾ ਤਾਂ ਪੀਣ ਦੇ ਯੋਗ ਬਚਿਆ
ਤੇ ਨਾ ਹੀ ਖੇਤੀ ਦੇ। ਕੈਮੀਕਲਾਂ, ਦਵਾਈਆਂ, ਖਾਦਾਂ ਤੇ ਫੈਕਟਰੀਆਂ ਦੀ ਗੰਦਗੀ ਨੇ ਇਸ ਪਾਣੀ ਵਿੱਚ ਇੰਨੀ ਜ਼ਿਆਦਾ ਜ਼ਹਿਰ ਮਿਲਾ ਦਿੱਤੀ ਹੈ ਕਿ ਇਸ ਦਾ ਕੋਈ ਹੱਲ ਨਹੀਂ ਬਚਿਆ। ਪੰਜਾਬ ਨੂੰ ਦਰਿਆਈ ਪਾਣੀ ਨਾ ਮਿਲਣ ਦਾ ਸਿਰਫ ਇਹੀ ਇੱਕ ਨੁਕਸਾਨ ਨਹੀਂ ਹੋਇਆ ਕਿ ਸਾਨੂੰ ਧਰਤੀ ਹੇਠਲਾ ਪਾਣੀ ਵਰਤਣਾ ਪਿਆ, ਸਗੋਂ ਉਸ ਦਾ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋਇਆ। ਉਹ ਇਹ ਕਿ ਸਾਡੀ ਜ਼ਮੀਨ ਦੇ ਕੁਦਰਤੀ ਤੱਤ ਖਤਮ ਹੋ ਗਏ। ਜਿਹੜਾ ਦਰਿਆਵਾਂ ਦਾ ਪਾਣੀ ਹੁੰਦਾ ਉਹ ਔਰਗੈਨਿਕ ਖਾਦ ਹੀ ਹੁੰਦਾ, ਕਿਉਂਕਿ ਉਹਦੇ ਵਿੱਚ ਗਲੇ ਸੜੇ ਪੱਤੇ, ਜੀਵ ਜੰਤੂ ਇਹ ਚੀਜ਼ਾਂ ਹੁੰਦੀਆਂ ਨੇ। ਉਹਦੇ ਬਦਲ 'ਚ ਜਦੋਂ ਸਾਨੂੰ ਕੱਢਣਾ ਪਿਆ ਧਰਤੀ ਹੇਠੋਂ ਪਾਣੀ, ਅਤੇ ਉਹਦੇ ਲਈ ਕੈਮੀਕਲ ਖਾਦਾਂ ਪਾਉਣੀਆਂ ਪਈਆਂ, ਹੋਰ ਕੋਈ ਚਾਰਾ ਵੀ ਨਹੀਂ ਸੀ। 60-70 ਫੁੱਟ ਡੂੰਘੀ ਪਾਂਡੂ ਦੇ ਹੇਠਾਂ ਵਾਲੀ ਸਾਫ਼ ਪਾਣੀ ਦੀ ਇਹ ਦੂਜੀ ਤਹਿ, ਕਨਫਾਈਨਡ ਐਕਿਊਫਰ, ਜਿਸ ਨੂੰ ਅਸੀਂ ਪਾਂਡੂ ਦੇ ਵਿੱਚੋਂ ਹੀ ਬੋਰ ਕਰਕੇ ਵਰਤਣਾ ਸ਼ੁਰੂ ਕੀਤਾ ਸੀ, ਉਹ ਵੀ ਕਦੋਂ ਦੀ ਖਤਮ ਹੋ ਚੁੱਕੀ ਹੈ। ਸਖ਼ਤ ਕਲੇ ਦੀ ਤਹਿ ਹੇਠਲੇ ਇਸ ਪਾਣੀ ਨੂੰ ਧਰਤੀ ਉੱਪਰਲੇ ਪਾਣੀ ਨਾਲ ਰੀਚਾਰਜ ਨਹੀਂ ਕੀਤਾ ਜਾ ਸਕਦਾ। ਹੁਣ ਪੰਜਾਬ ਆਪਣੇ ਪੀਣ ਵਾਲੇ ਪਾਣੀ ਅਤੇ ਫਸਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ 200-400 ਫੁੱਟ ਡੂੰਘੇ ਪਾਣੀ ਦੀਆਂ ਇਹਨਾਂ ਸੀਮਤ ਪਰਤਾਂ 'ਤੇ ਨਿਰਭਰ ਹੈ। ਇਸ ਬਹੁਤ ਹੀ ਥੋੜ੍ਹੇ ਅਤੇ ਨਾ ਭਰਨ ਵਾਲੇ ਪਾਣੀ ਦੀ ਮਨਿਆਦ ਕਿੰਨੀ ਕੁ ਬਚੀ ਹੈ ਇਹ ਕਹਿਣਾ ਤਾਂ ਮੁਸ਼ਕਲ ਹੈ, ਪਰ ਯਕੀਨਨ ਅਸੀਂ ਆਪਣੇ ਸਾਫ਼ ਪਾਣੀ ਦੇ ਖਜ਼ਾਨੇ ਦੀਆਂ ਆਖਰੀ ਘੁੱਟਾਂ 'ਤੇ ਹੀ ਹਾਂ। ਹੁਣ ਧਰਤੀ ਦੇ ਹੇਠੋਂ ਕੱਢਿਆ ਗਿਆ ਪਾਣੀ, ਇਹਦਾ ਨਾਸਾ ਨੇ ਇੱਕ ਸਟੱਡੀ ਦਿੱਤੀ ਹੋਈ ਹੈ ਕਿ ਉਹ ਕਹਿ ਰਿਹਾ ਕਿ ਜਿਹੜਾ ਨੌਰਥ ਇੰਡੀਆ ਹੈਗਾ, ਜਿਹੜਾ ਕਿ ਉਹਨਾਂ ਨੇ ਸਟੱਡੀ ਕੀਤੀ ਹੈ, ਜੇਕਰ ਉੱਥੇ ਪਾਣੀ ਦੇ ਐਕੁਆਫਾਇਰ ਦਾ ਨਾ ਦੇਖਿਆ ਗਿਆ ਧਿਆਨ ਨਾਲ, ਇਹ ਤਾਂ ਥੋੜ੍ਹੇ ਦਿਨਾਂ ਵਿੱਚ ਖਤਮ ਹੋਈ, ਇਹਨੂੰ 1000 ਸਾਲ ਲੱਗ ਜਾਣਗੇ। ਇਹਦਾ ਮਤਲਬ ਕੀ ਹੈ ਕਿ ਸਾਡੇ ਕੋਲ ਜਿੰਨੀ ਜਗ੍ਹਾ ਅੱਜ ਵਾਹੀਯੋਗ ਜ਼ਮੀਨ ਪੰਜਾਬ ਦੇ ਵਿੱਚ ਆ, ਉਹਦਾ ਪਾਣੀ ਤਾਂ ਜਿਹੜੇ ਜੇਕਰ ਆਪਾਂ ਨੂੰ ਸਾਰਾ ਪਾਣੀ ਵੀ ਜਿਹੜਾ ਅਸੀਂ ਦੂਜੀਆਂ ਸਿੱਟਾਂ ਨੂੰ ਦੇ ਰਹੇ ਹਾਂ, ਜੇ ਅਸੀਂ ਉਹ ਵੀ ਰੱਖ ਲਈਏ ਨਾ ਤਾਂ ਵੀ ਅਸੀਂ ਡੈਫੀਸ਼ੀਐਂਟ ਸਟੇਟ ਦੇ ਤੌਰ ਦੇ ਉੱਤੇ ਹੈਗੇ ਹਾਂ। ਪੰਜਾਬ ਦੀ ਜ਼ਮੀਨ ਹੇਠਲਾ ਪਾਣੀ ਅੱਜ ਜਿਸ ਪੱਧਰ 'ਤੇ ਪਹੁੰਚ ਚੁੱਕਾ ਹੈ, ਪੰਜਾਬ ਬਹੁਤ ਜਲਦੀ ਡੈਜ਼ਰਟ 'ਚ ਕਨਵਰਟ ਹੋ ਜਾਵੇਗਾ। ਪੰਜ ਦਰਿਆਵਾਂ ਦੀ ਇਸ ਧਰਤੀ ਕੋਲ ਤਾਂ ਅੱਜ ਪੀਣ ਲਈ ਪੂਰਾ ਪਾਣੀ ਨਹੀਂ, ਬਹੁਤ ਛੇਤੀ ਪੰਜਾਬ ਦੇ ਲੋਕਾਂ ਕੋਲ ਮੁੱਲ ਦੇ ਪਾਣੀ ਤੋਂ ਬਿਨਾਂ ਪੀਣ ਲਈ ਸਾਫ਼ ਪਾਣੀ ਦਾ ਤੁਪਕਾ ਨਹੀਂ ਹੋਵੇਗਾ। ਗ੍ਰੀਨ ਰੈਵੋਲਿਊਸ਼ਨ ਜਿਹੜਾ ਆ ਉਹਨੇ ਸਾਡੀ ਸਟੇਟ ਦੀ ਤਬਾਹੀ ਕੀਤੀ ਹੈ। ਅਸਲ ਦੇ ਵਿੱਚ ਜਿਹੜਾ ਇਹ ਸਾਨੂੰ ਐਜ਼ ਐਕਸਪੈਰੀਮੈਂਟ ਸਟੇਟ ਦੇ ਤੌਰ 'ਤੇ ਯੂਜ਼ ਕਰ ਲਿਆ, ਉਹ ਬੀਜ ਵੀ ਉਸ ਤਰੀਕੇ ਦੀ ਸੀ ਜਿਨ੍ਹਾਂ ਨੂੰ ਖਾਦ ਦੀ ਲੋੜ ਸੀਗੀ, ਔਰ ਖਾਦ ਦੇ ਨਾਲ ਨਾਲ ਪਾਣੀ ਦੀ ਬਹੁਤਾਤ ਵਿੱਚ ਲੋੜ ਸੀਗੀ। ਰਹੀ ਗੱਲ ਕਣਕ ਅਤੇ ਝੋਨੇ ਦੇ ਬਦਲਦੀ, ਉਹਦੀ ਮੰਡੀ ਕਿੱਥੇ ਆ? ਕੀ ਕਰੀਏ, ਉੱਥੇ ਹੁਣ ਕਣਕ ਬੀਜੀ ਆ, ਫਿਰ ਕਮਾਦ ਲਾ ਲਓ ਬਾਪੂ, ਕਮਾਦ ਮੇਰਾ ਹੀ ਘਾਟਾ, ਉੱਥੇ ਸਾਨੂੰ ਉਹ ਬੈਂਕ ਵਾਲੇ ਨਹੀਂ ਕੁਝ ਦਿੰਦੇ, ਉਹ ਉੱਥੇ ਜਿਹੜੀ ਹੈਗੇ ਆ ਉਹ ਵੱਧ ਤੋਲਦੇ ਆ, ਨਾ ਉੱਥੇ ਸਾਨੂੰ ਕੋਈ ਵਾਰੀ ਆ, ਨਾ ਉੱਥੋਂ ਪੈਸਾ ਮਿਲਣਾ, ਹਰ ਕੇ ਅਸੀਂ ਦੁਖੀ ਹੋ ਕੇ ਪੱਟ ਬੈਠੇ ਹਾਂ। ਹੁਣ ਸਾਡੇ ਕੋਲ ਕੁਛ ਨਹੀਂ, ਨਾ ਗੰਨਾ ਚੂਪੋ ਨੂੰ ਵੀ ਹੈ ਨਹੀਂ ਕਿਤੇ। ਅਸੀਂ ਜਿਹੜਾ ਜਿਹਨੂੰ ਰੈਵੋਲਿਊਸ਼ਨ ਦਾ ਨਾਂ ਦਿੱਤਾ ਗਿਆ, ਅਸਲ 'ਚ ਉਹ ਸਾਡੀ ਜੈਨੋਸਾਈਡ ਹੀ ਹੈ, ਉਹ ਸਾਡੀ ਇਕਨੋਮਿਕ ਜੈਨੋਸਾਈਡ ਦਾ ਹਿੱਸਾ ਜਿਹੜਾ ਕਿ ਸਾਨੂੰ ਪਤਾ ਨਹੀਂ ਲੱਗਿਆ। 1 ਕਿਊਸਿਕ ਪਾਣੀ ਦੇ ਫਲੋ ਦੀ ਕੀਮਤ ਸਾਲ ਦੀ 25 ਕਰੋੜ ਰੁਪਈਆ, ਉਹਦੇ ਹਿਸਾਬ ਨਾਲ ਤਕਰੀਬਨ 22,000 ਕਰੋੜ ਰੁਪਈਆ ਹਰੇਕ ਸਾਲ ਇਹਦੀ ਜਿਹੜੀ ਕੀਮਤ ਬਣ ਜਾਂਦੀ, ਜਿਹੜਾ ਪੰਜਾਬ ਦਾ ਫ੍ਰੀ ਦੇ ਵਿੱਚ ਪਾਣੀ ਦੂਜੀਆਂ ਸਟੇਟਾਂ ਨੂੰ ਜਾ ਰਿਹਾ, ਨੌਨ ਰਾਈਪੇਰੀਅਨ ਸਟੇਟਾਂ ਨੂੰ ਜਾ ਰਿਹਾ ਜਿਹੜਾ। ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ। 1984 ਦੇ ਘੱਲੂਘਾਰੇ ਦੀ ਜੜ੍ਹ, ਸਤਲੁਜ ਜਮਨਾ ਲਿੰਕ ਨਹਿਰ ਦਾ ਨਿਰਮਾਣ ਹਾਲੇ ਬਾਕੀ ਹੈ। 1980 'ਚ ਜਦੋਂ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਫਿਰ ਤਾਕਤ 'ਚ ਆਉਂਦੀ ਆ, ਉਦੋਂ ਤਿੰਨੇ ਸੂਬਿਆਂ 'ਚ, ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਸੀ। ਤਾਂ 31 ਦਸੰਬਰ 1981 ਨੂੰ ਇੰਦਰਾ ਗਾਂਧੀ ਤਿੰਨੋਂ ਮੁੱਖ ਮੰਤਰੀਆਂ ਨੂੰ ਸੱਦ ਕੇ ਉਹਨਾਂ ਤੋਂ ਸਮਝੌਤੇ 'ਤੇ ਦਸਖਤ ਕਰਵਾਉਂਦੀ ਆ, ਜਿਹਦੇ ਨਾਲ ਜਿਹੜਾ ਮਾਰਚ 1976 ਵਾਲਾ ਅਵਾਰਡ ਸੀ ਅਕਾਰਡ 'ਚ ਬਦਲ ਜਾਂਦਾ, ਐਗਰੀਮੈਂਟ ਬਣ ਜਾਂਦਾ। ਦਰਬਾਰਾ ਸਿੰਘ ਉਦੋਂ ਪੰਜਾਬ ਦਾ ਮੁੱਖ ਮੰਤਰੀ ਸੀ।
ਅਤੇ ਨਾਲ ਦੀ ਨਾਲ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਸੀ। ਇੰਦਰਾ ਗਾਂਧੀ ਨੇ ਉਸ ਤੋਂ ਪ੍ਰੈਜ਼ੀਡੈਂਟਸ਼ਿਪ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਖੋਲ੍ਹੀ ਅਤੇ ਉਸ ਨੂੰ ਇਸ ਗੱਲ ਦਾ ਡਰ ਦਿੱਤਾ ਕਿ ਤੈਨੂੰ ਮੈਂ ਚੀਫ ਮਿਨਿਸਟਰੀ ਤੋਂ ਵੀ ਖਤਮ ਕਰ ਦੂੰ ਕਾਰਜ ਕਰ ਦੂੰਗੀ ਜੇ ਤੂੰ ਇਹ ਐਗਰੀਮੈਂਟ ਨਹੀਂ ਕਰੇਗਾ। ਪੰਜਾਬ ਦੀ ਲਾਈਫ ਲਾਈਨ ਤਾਂ ਹੈ ਹੀ ਪਾਣੀ, ਅਤੇ ਉਹ ਉਸ ਦੀਆਂ ਆਪਣੀਆਂ ਜ਼ਰੂਰਤਾਂ ਲਈ ਹੀ ਪੂਰਾ ਨਹੀਂ। ਫਿਰ ਇੰਦਰਾ ਗਾਂਧੀ ਨੇ ਉਸ ਦੇ ਮੁਤਾਬਕ SYL ਦੀ ਨੀਂਹ ਰੱਖੀ, ਸਤਲੁਜ ਯਮੁਨਾ ਲਿੰਕ ਕੈਨਾਲ ਦੀ ਨੀਂਹ ਰੱਖੀ। 8 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਕਪੂਰੀ 'ਚ SYL ਨੂੰ ਟੱਕ ਲਾਉਂਦੀ ਹੈ ਅਤੇ ਉਸ ਤੋਂ ਅਗਲੇ ਦਿਨ 9 ਅਪ੍ਰੈਲ ਨੂੰ ਅਕਾਲੀ ਦਲ ਨੇ ਕਪੂਰੀ ਤੋਂ ਨਹਿਰ ਰੋਕੂ ਮੋਰਚੇ ਦਾ ਐਲਾਨ ਕਰਤਾ। ਸਿੱਖਾਂ ਨੇ ਇੱਕ ਵਾਰ ਫਿਰ ਪੰਜਾਬ ਦੀ ਸਾਹ ਰਗ ਨੂੰ ਬਚਾਉਣ ਲਈ ਅਤੇ ਇਹ 121 ਕਿਲੋਮੀਟਰ ਲੰਬੀ ਸਤਲੁਜ ਯਮੁਨਾ ਲਿੰਕ ਨਹਿਰ, ਜਿਸ ਨੇ ਪੰਜਾਬ ਦਾ 3.5 ਮਿਲੀਅਨ ਏਕੜ ਫੁੱਟ ਪਾਣੀ ਲੈ ਕੇ ਜਾਣਾ ਸੀ, ਉਸ ਨੂੰ ਰੋਕਣ ਲਈ ਕਪੂਰੀ ਮੋਰਚਾ ਲਾ ਦਿੱਤਾ। ਮੋਰਚੇ ਦੇ ਵਿੱਚ ਧੱਕਾ ਹੋਇਆ ਤਾਂ 4 ਅਗਸਤ 1982 ਨੂੰ ਅਕਾਲੀ ਦਲ ਨੇ ਉਸ ਮੋਰਚੇ ਨੂੰ ਕਪੂਰੀ ਤੋਂ ਬਦਲ ਕੇ ਅੰਮ੍ਰਿਤਸਰ ਲੈ ਆਂਦਾ। ਹੁਣ ਦਿੱਲੀ ਦੇ ਮੁੱਢ ਹਰਿਆਣੇ ਦੇ ਬਾਰਡਰ 'ਤੇ ਬੈਠ ਕੇ ਇਹ ਮੋਰਚਾ ਜਾਰੀ ਰੱਖਣਾ ਕੋਈ ਸੌਖਾ ਕੰਮ ਤਾਂ ਹੈ ਨਹੀਂ ਸੀ, ਉਹ ਵੀ ਉਦੋਂ ਜਦੋਂ ਚਾਰੇ ਪਾਸੇ ਕਾਂਗਰਸ ਦੀਆਂ ਸਰਕਾਰਾਂ ਹੋਣ। ਇਹਨਾਂ ਹਾਲਾਤਾਂ 'ਚ ਭਜਨ ਲਾਲ ਦੇ ਗੁੰਡੇ ਕਪੂਰੀ 'ਚ ਕੀ ਨਹੀਂ ਸੀ ਕਰ ਸਕਦੇ। ਇਸ ਦਾ ਨਮੂਨਾ ਤਾਂ ਸਿੱਖਾਂ ਨੇ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਦੇਖਿਆ ਹੋਇਆ ਸੀ। SYL ਦੇ ਮੁੱਦੇ ਦੇ ਨਾਲ ਨਾਲ ਸਿੱਖਾਂ ਨੇ ਪੰਜਾਬ ਦੀਆਂ ਲਟਕਦੀਆਂ ਮੰਗਾਂ, ਜਿਸ ਵਿੱਚ ਚੰਡੀਗੜ੍ਹ ਸਮੇਤ ਹੋਰਨਾਂ ਪੰਜਾਬੀ ਬੋਲਦਿਆਂ ਇਲਾਕਿਆਂ ਨੂੰ ਵਾਪਸ ਲੈਣ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦੀ ਮੰਗ ਨੂੰ ਅਨੰਦਪੁਰ ਦੇ ਮਤੇ ਰਾਹੀਂ ਮੋਰਚੇ ਵਿੱਚ ਸ਼ਾਮਿਲ ਕਰ ਲਿਆ। ਜੇ ਉਹ ਸਾਰੇ ਦੇਸ਼ ਲਈ ਵੱਧ ਅਧਿਕਾਰਾਂ ਦਾ ਮੰਗ ਕਰਦਾ ਅਨੰਦਪੁਰ ਸਾਹਿਬ ਦਾ ਮਤਾ, ਫਿਰ ਇਸ ਗੱਲ ਨਾਲ ਵੱਖਵਾਦੀ ਕਹਿ ਕੇ ਕਿਉਂ ਸਾਨੂੰ ਟਾਲਿਆ ਜਾਵੇ। ਕਪੂਰੀ ਦੇ ਇਸ ਮੋਰਚੇ ਤੋਂ ਸ਼ੁਰੂ ਹੋਈ ਗੱਲ ਇੱਕ ਵਾਰ ਫਿਰ ਦਰਬਾਰ ਸਾਹਿਬ ਦੇ ਹਮਲੇ 'ਤੇ ਜਾ ਪਹੁੰਚੀ, ਕਿਉਂਕਿ ਮਸਲਾ ਸੀ ਸਾਰਾ ਕੰਸਟੀਟਿਊਸ਼ਨਲ। 36 ਮੀਟਿੰਗਾਂ ਹੋਈਆਂ, 36 ਮੀਟਿੰਗਾਂ ਦੇ ਵਿੱਚ ਇਹ ਕਿਹਾ ਗਿਆ ਵੀ ਭਾਈ ਜੋ ਹਿੰਦੁਸਤਾਨ ਦਾ ਵਿਧਾਨ ਹੈ ਉਸ ਦੇ ਮੁਤਾਬਕ ਪੰਜਾਬ ਦੇ ਪਾਣੀਆਂ ਦਾ ਜਿਹੜਾ ਮਸਲਾ ਹੈ ਉਸ ਨੂੰ ਤੁਸੀਂ ਸੈਟਲ ਕਰੋ। ਇਸ ਵਾਰ ਭਾਰਤ ਦੀ ਸਰਕਾਰ ਸਿੱਖ ਕੌਮ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦੀ ਸੀ ਕਿ ਉਹ ਮੁੜ ਸਿਰ ਚੁੱਕਣ ਦੀ ਜੁਰਅਤ ਨਾ ਕਰਨ। ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖ ਫਾਰਮਰਸ ਨੂੰ ਖਤਮ ਕਰਨਾ ਸੀ, ਸਿੱਖ ਪੰਜਾਬ ਦੀ ਇਕੋਨਮੀ ਨੂੰ ਡਿਸਟਰੋਏ ਕਰਨਾ ਸੀ, ਕਿਉਂਕਿ ਸਾਡੀ ਜਿਹੜੀ ਇਕੋਨਮੀ ਆ ਐਗਰੀਕਲਚਰ ਬੇਸਡ ਇਕੋਨਮੀ ਹੈ। ਜੇਕਰ ਵੇਖਦੇ ਹੋ ਕਿਸੇ ਕੌਮ ਨੂੰ ਖਤਮ ਕਰਨ ਦੇ ਵਿੱਚ ਤਾਂ ਇਹੀ ਜਿਹੜੇ ਉਹਦੇ ਆਰਥਿਕ ਸਰੋਤਾਂ ਦਾ ਲੱਕ ਤੋੜਿਆ ਜਾਂਦਾ, ਉਹ ਤੁਸੀਂ ਆਜ਼ਾਦੀ ਤੋਂ ਪਹਿਲਾਂ ਵੀ ਵੇਖ ਲਓ ਅਤੇ ਬਾਅਦ 'ਚ ਹੀ ਵੇਖ ਲਓ, ਪੰਜਾਬ ਦੇ ਆਰਥਿਕ ਸਰੋਤਾਂ ਦਾ ਲੱਕ ਹਮੇਸ਼ਾ ਤੋੜਿਆ ਜਾਂਦਾ ਰਿਹਾ। ਉਹ ਸਾਰੀ ਚੀਜ਼ ਨੂੰ ਡਾਇਵਰਟ ਕਰਨ ਦੇ ਲਈ ਇੱਕ ਕੰਪਲਸ਼ਨ ਬਣ ਗਈ ਇੰਦਰਾ ਗਾਂਧੀ ਦੀ ਕਿ ਇਹ ਸਾਰੇ ਮਸਲੇ ਨੂੰ ਲਾਅ ਐਂਡ ਆਰਡਰ 'ਚ ਕਨਵਰਟ ਕਰ ਦਿਓ। ਤੋ ਉਸ ਪ੍ਰੋਬਲਮ ਨੂੰ, ਕੰਸਟੀਟਿਊਸ਼ਨਲ ਪ੍ਰੋਬਲਮ ਨੂੰ ਡਾਇਵਰਟ ਕਰ ਦਿੱਤਾ ਇੰਟੂ ਏ ਲਾਅ ਐਂਡ ਆਰਡਰ ਪ੍ਰੋਬਲਮ। ਇਹ ਇੰਦਰਾ ਗਾਂਧੀ ਦੀ ਬਦਨੀਤੀ, ਬੇਈਮਾਨੀ ਅਤੇ ਸ਼ਰਾਰਤ। ਪੰਜਾਬ ਅੰਦਰ ਫਿਰਕੂ ਮਾਹੌਲ ਪੈਦਾ ਕਰਨ ਅਤੇ ਮੋਰਚੇ ਵਿਰੁੱਧ ਜ਼ਹਿਰ ਉਗਲਣ 'ਚ ਜਲੰਧਰ ਦੀ ਮਹਾਸ਼ਾ ਪ੍ਰੈਸ ਅਤੇ ਆਰਿਆ ਸਮਾਜੀ ਤਾਂ ਕੇਂਦਰ ਦੀ ਸਰਕਾਰ ਨਾਲੋਂ ਵੀ 4 ਕਦਮ ਅੱਗੇ ਹੋ ਨਿਬੜੇ। ਜਿਹੜੀ ਪ੍ਰੈਸ ਹੈ, ਫਰੀ ਪ੍ਰੈਸ ਜਿਹੜੀ ਅੱਜ ਦੇ ਯੁੱਗ 'ਚ ਕਿਹਾ ਜਾਂਦਾ, ਇਹ ਹੈ ਹੀ ਇਹ ਇਸ ਕਿਸਮ ਦੇ ਪਾਰਲੀਮੈਂਟਰੀ ਜਾਂ ਡੈਮੋਕ੍ਰੈਟਿਕ ਸੈਟਅਪ ਦਾ ਹੀ ਹਿੱਸਾ। ਜਿੰਨੇ ਵੀ ਇੰਸਟੀਟਿਊਸ਼ਨ ਹੁੰਦੇ ਇਹਨਾਂ ਦੇ, ਉਹ ਕੋਈ ਵੀ ਇੰਸਟੀਟਿਊਸ਼ਨ ਇਹੋ ਜਿਹਾ ਨਹੀਂ ਜਿਹਨੇ ਕੰਟਰੀਬਿਊਟ ਨਾ ਕੀਤਾ ਹੋਵੇ ਆਪਦੇ ਆਪਦੇ ਹਿਸਾਬ ਨਾਲ, ਆਪਦੇ ਆਪਦੇ ਐਂਗਲ ਤੋਂ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ 2 ਜੂਨ ਤੱਕ ਆਪਣੇ ਭਾਸ਼ਣਾਂ ਰਾਹੀਂ ਇਹ ਕਹਿੰਦੀ ਰਹੀ ਕਿ ਦਰਬਾਰ ਸਾਹਿਬ 'ਤੇ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਜਾਵੇਗੀ, ਅਤੇ ਦੂਸਰੇ ਪਾਸੇ ਇਸ ਹਮਲੇ ਦੀਆਂ ਤਿਆਰੀਆਂ ਤਾਂ 1982 ਵਿੱਚ ਹੀ ਸ਼ੁਰੂ ਹੋ ਗਈਆਂ ਸਨ। ਸਰਕਾਰ ਜਦੋਂ ਕਹਿੰਦੀ ਹੈ ਕਿ 1984 ਐਜ਼ ਅ ਲਾਸਟ ਰਿਜ਼ੋਰਟ, ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ 'ਤੇ ਜਾ ਕੇ ਦੂਰਦਰਸ਼ਨ 'ਤੇ ਕਹਿੰਦੀ ਆ
ਇਹ ਸਰਾਸਰ ਝੂਠ ਆ, ਕਿਉਂਕਿ ਜਿਹਨੇ ਇਹਦੀ ਪਲੈਨਿੰਗ ਕੀਤੀ ਹੈ ਉਹਨਾਂ ਦਾ ਆਪਣਾ ਜਰਨੈਲ ਲੈਫਟੀਨੈਂਟ ਜਨਰਲ ਐਸ ਕੇ ਸਿਨਹਾ ਕਹਿੰਦਾ ਕਿ ਮੈਨੂੰ 18 ਮਹੀਨੇ ਪਹਿਲਾਂ ਇਹਦੀ ਤਿਆਰੀ ਕਰਨ ਦਾ ਹੀ ਕਿਹਾ ਗਿਆ ਸੀ। ਉਹ ਤਾਂ ਇੱਥੇ ਤੀਕਰ ਕਹਿੰਦਾ ਮੈਂ ਤਿਆਰੀ ਵੀ ਕਰ ਲਈ ਸੀ ਅਤੇ ਮੈਂ ਪਰਸਨਲ ਐਜ਼ ਅ ਸਿਟੀਜ਼ਨ ਆਫ ਇੰਡੀਆ ਵੀ ਮੈਂ ਕਿਹਾ ਕਿ ਇਹ ਪੋਲੀਟੀਕਲ ਮਾਮਲਾ ਹੈਗਾ, ਮੈਨੂੰ ਦੱਸੋ, ਮੈਂ ਇਹਦੀ ਮੀਡੀਏਸ਼ਨ ਕਰਾਉਣ ਲਈ ਤਿਆਰ ਹਾਂ ਐਜ਼ ਅ ਸਿਟੀਜ਼ਨ ਆਫ ਇੰਡੀਆ। ਉਹ ਵੀ ਗੱਲ ਠੁਕਰਾ ਦਿੱਤੀ PMO ਆਫਿਸ ਨੇ। ਇਹਦਾ ਮਤਲਬ ਆ ਕਿ ਤਿਆਰੀਆਂ ਤਾਂ 82 'ਚ ਹੋ ਰਹੀਆਂ ਨੇ ਅਤੇ ਉਦੋਂ 82 ਤੱਕ ਤਾਂ ਹਰਿਮੰਦਰ ਸਾਹਿਬ ਦੇ ਉੱਪਰ ਕੋਈ ਮੋਰਚਾ ਬੰਦੀ ਨਹੀਂ। ਅਤੇ ਫਿਰ ਦਰਬਾਰ ਸਾਹਿਬ 'ਤੇ ਹਮਲੇ ਲਈ ਜੋ ਦਿਨ ਚੁਣਿਆ ਗਿਆ, ਇਹਨਾਂ ਨੇ ਜਾਣ ਬੁੱਝ ਕੇ ਗੁਰੂ ਅਰਜਨ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਵਾਲਾ ਦਿਹਾੜਾ ਚੁਣਿਆ ਤਾਂ ਕਿ ਸ਼ਹੀਦੀ ਪੁਰਬ 'ਤੇ ਵੱਧ ਤੋਂ ਵੱਧ ਸਿੱਖ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਆ ਜਾਣ ਤਾਂ ਕਿ ਉਹਨਾਂ ਸਾਰਿਆਂ ਦੀ ਕਤਲੇਆਮ ਕੀਤੀ ਜਾ ਸਕੇ। ਸੋ ਇਹ ਜਿਹੜਾ ਝੂਠ ਵਾਰ ਵਾਰ ਦੁਹਰਾਇਆ ਜਾਂਦਾ ਉਹਨਾਂ ਦੇ ਆਪਣੇ ਡਾਕੂਮੈਂਟਸ ਦੇ ਮੁਤਾਬਕ ਅਤੇ ਉਹਨਾਂ ਦੇ ਆਪਣੇ ਪਲੈਨਰਸ ਦੇ ਮੁਤਾਬਕ ਜਿੰਨੇ ਵੀ ਸਾਡੇ ਕੋਲ ਤੱਥ ਨੇ, ਫੈਕਟਸ ਨੇ, ਇਹ ਲੋਕਤੰਤਰ ਦੇ ਕੇਂਦਰ ਦੀ ਗੱਲ ਹੀ ਨਹੀਂ ਰਹਿ ਜਾਂਦੀ, ਕਿਉਂਕਿ ਲੋਕਤੰਤਰ ਦੇ ਕੇਂਦਰ ਉਸ ਵੇਲੇ ਸੈਮਾ ਡਿਕਟੇਟਰਸ਼ਿਪ ਫੋਰਮ ਵਿੱਚ ਬਾਹਰ ਆ ਚੁੱਕੇ ਸੀ ਅਤੇ ਉਹਨਾਂ ਦਾ ਜਰਨਲਿਸਟ ਨੂੰ ਬਾਹਰ ਕੱਢ ਦੇਣਾ ਪੂਰੇ ਪੰਜਾਬ 'ਚੋਂ, ਸੋ ਕੌਣ ਲੁਕਾ ਰਿਹਾ ਕਿਹੜੀ ਗੱਲ ਨੂੰ, ਬੜਾ ਜ਼ਾਹਿਰ ਹੈਗਾ। So we objected to this and he said you've got to go for your safety. So I argued with him. I said, look, if it's for our safety we've got to go, we should go in the daytime because it's dark now and it'll be unsafe. Of course, why I was actually arguing that was because if we went in the daytime we might hope to see something. ਦੱਸੋ ਬਲੂ ਸਟਾਰ ਐਕਸ਼ਨ ਦੇ ਵਿੱਚ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਫੌਜ ਨੇ ਜਿਹੜੇ ਬੰਦੇ ਮਾਰੇ ਸੀ ਉਹਨਾਂ ਦੀ ਲਿਸਟ ਅੱਜ ਤੱਕ ਸਾਨੂੰ ਦਿੱਤੀ ਆ? ਦੋ ਦੋ ਮਹੀਨਿਆਂ ਦੇ ਬੱਚਿਆਂ ਨੂੰ ਤੁਸੀਂ ਠੁੱਡੇ ਮਾਰ ਮਾਰ ਕੇ ਤੁਹਾਡੇ ਮਿਲਟਰੀ ਵਾਲਿਆਂ ਨੇ ਉਹਨਾਂ ਦਾ ਉਹਨਾਂ ਨੂੰ ਕਤਲ ਕੀਤਾ? ਜਿਹੜੀਆਂ ਸੰਸਾਰ ਦੀਆਂ ਹਿਊਮਨ ਰਾਈਟਸ ਜਥੇਬੰਦੀਆਂ ਨੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਭਾਰਤ ਦੇ ਵਿੱਚ ਕੀ ਕੀਤਾ ਇਹਨਾਂ ਲੋਕਾਂ ਨੇ ਸਾਡੇ ਨਾਲ? ਦਿੱਲੀ ਤੋਂ 80 ਕਿਲੋਮੀਟਰ ਦੂਰ 1947 ਵਿੱਚ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਸਿੱਖਾਂ ਦਾ ਇਹ ਪਿੰਡ ਹੋਂਦ ਚਿੱਲੜ, ਜਿੱਥੇ ਅੱਜ ਸਿਵਾਏ ਇਹਨਾਂ ਖੰਡਰਾਂ ਦੇ ਕੁਝ ਵੀ ਨਹੀਂ। ਪਰ ਹੈਰਾਨੀ ਦੀ ਗੱਲ ਇਹ 2 ਨਵੰਬਰ 1984 ਨੂੰ ਹਰਿਆਣੇ ਦੇ ਨਕਸ਼ੇ ਤੋਂ ਮਿਟਾਏ ਸਿੱਖਾਂ ਦੇ ਇਸ ਪਿੰਡ ਬਾਰੇ ਸੰਨ 2010 ਤੱਕ ਨਾ ਕੋਈ ਖਬਰ, ਨਾ ਕੋਈ ਤਫਤੀਸ਼ ਅਤੇ ਨਾ ਕੋਈ ਪੁਲਿਸ ਕਾਰਵਾਈ, ਜਿਵੇਂ ਕਦੇ ਕੁਝ ਹੋਇਆ ਹੀ ਨਾ ਹੋਵੇ। 84 ਮਹੀਨੇ ਕੇ ਕਰੀਬਨ 12 ਬੰਦੇ ਥੇ ਜੋ ਹੋਦ ਗਾਓ ਚਿੱਲੜ ਕੇ ਨਜ਼ਦੀਕ ਹੈ ਵਹਾਂ ਰਹਿਤੇ ਥੇ ਸਰ, ਤੋ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਥੇ। ਯੇ ਯਹਾਂ ਰਿਵਾੜੀ ਮੇਂ ਆਈ ਹੋਈ ਥੀ ਆਪਣੇ ਮਾਮੋ ਕੇ ਘਰ, ਉਹ ਭੈਂਸ ਭੂਸੇ ਨੇ ਮਾਰ ਦਿਆ ਥਾ ਇਸਕੋ, ਉਸ ਲਈ ਉਹਦੀ ਡਾਕਟਰ ਕੇ ਦਿਖਾਣੇ ਕੇ ਲੀਏ 6 ਸਾਲ ਉਮਰ ਥੀ ਤਬ ਇਸ। 12 ਬੰਦੇ ਥੇ, ਸਾਰੇ ਖਤਮ ਹੋ ਗਏ ਥੇ, ਮੰਮੀ ਪਾਪਾ ਭਾਈ ਭੈਣ ਸਾਰੇ ਜੋ ਵੀ ਥੇ 12 ਬੰਦੇ, ਦਾਦਾ ਦਾਦੀ ਬੂਆ ਸਭ ਵਹੀਂ ਥੇ। ਇਹ ਸਾਰਾ ਕੁਝ ਕੋਈ ਉੜੀਸਾ ਦੇ ਜੰਗਲਾਂ ਜਾਂ ਪਹਾੜਾਂ ਦੀਆਂ ਕੰਦਰਾਂ 'ਚ ਨਹੀਂ ਵਾਪਰਿਆ, ਸਗੋਂ ਦੇਸ਼ ਦੀ ਰਾਜਧਾਨੀ ਤੋਂ ਸਿਰਫ 80 ਕਿਲੋਮੀਟਰ ਦੀ ਦੂਰੀ 'ਤੇ ਹੋਇਆ। ਬਸੇ ਭਰ ਕੇ ਆਈ ਥੀ, 3-4 ਬਸੇ ਭਰ ਕੇ ਆਈ ਥੀ, ਉਹਨਾਂ ਨੇ ਰਾਤ ਕੋਈ ਦਾਵਾ ਬੋਲ ਦਿਆ ਥਾ, ਕੁਛ ਕੇ ਉੱਪਰ ਡੀਜ਼ਲ ਡਾਲ ਕੇ ਕਿਸੀ ਨੂੰ ਕੈਸੇ ਟੈਰੋ ਮੇ ਮਤਲਬ ਜਲਾ ਕੇ ਬੁਰੀ ਤਰ੍ਹਾਂ ਮਾਰੇ। ਆਪਣੀ ਬਾਂਹ ਦੇ ਇਲਾਜ ਲਈ ਨਾਨਕੇ ਘਰ ਆਈ 6 ਵਰ੍ਹਿਆਂ ਦੀ ਇਸ ਮਾਸੂਮ ਸੁਰਜੀਤ ਕੌਰ ਨੂੰ ਕੀ ਪਤਾ ਸੀ ਕਿ ਉਸਨੂੰ ਮੁੜ ਆਪਣਾ ਘਰ ਨਸੀਬ ਹੀ ਨਹੀਂ ਹੋਵੇਗਾ। ਬਾਂਹ ਦੀ ਤਕਲੀਫ ਤਾਂ ਉਸਨੂੰ ਯਾਦ ਨਹੀਂ, ਪਰ 5 ਸਾਲਾਂ ਦਾ ਉਹ ਇੱਕ ਇੱਕ ਪਲ ਉਸਨੂੰ ਅੱਜ ਵੀ ਯਾਦ ਹੈ।
ਜਦੋਂ ਦਰਵਾਜ਼ੇ ਮੂਹਰੇ ਬੈਠ ਆਪਣੇ ਮਾਂ ਪਿਓ ਨੂੰ ਉਡੀਕਦੀ ਰਹਿੰਦੀ ਕਿ ਕਦ ਉਹ ਆਉਣ ਤੇ ਕਦ ਉਹ ਆਪਣੇ ਭੈਣ ਭਰਾਵਾਂ ਕੋਲ ਘਰ ਜਾਵੇ। ਅਖੀਰ 5 ਸਾਲਾਂ ਬਾਅਦ ਉਸਨੂੰ ਆਪਣੇ ਪਰਿਵਾਰ ਉੱਪਰ ਬੀਤੀ ਹੋਣੀ ਦਾ ਪਤਾ ਲੱਗਾ। 2 ਨਵੰਬਰ 1984 ਦਾ ਉਹ ਮਨਹੂਸ ਦਿਨ ਜਿਸਨੇ ਇੱਕ ਝਟਕੇ ਨਾਲ ਉਸਦਾ ਸਾਰਾ ਪਰਿਵਾਰ ਘਰ ਬਾਰ ਤੇ ਬਚਪਨ ਖੋਹ ਲਿਆ ਸੀ। ਨਾਨਾ ਨਾਨੀ ਦੀਆਂ ਪੱਥਰ ਹੋਈਆਂ ਅੱਖਾਂ ਅੱਜ ਵੀ ਉਸਨੂੰ ਸੌਣ ਨਹੀਂ ਦਿੰਦੀਆਂ। ਜੇਕਰ ਇਸ ਭਿਆਨਕ ਕਤਲੇਆਮ ਦੀ 17 ਸਾਲਾਂ ਤੱਕ ਕੋਈ ਉੱਘ ਸੁੱਘ ਵੀ ਨਹੀਂ ਸੀ, ਇੱਥੋਂ ਤੱਕ ਕਿ ਜਿਸ ਕੌਮ ਦੇ ਲੋਕਾਂ ਨਾਲ ਇਹ ਹੋਣੀ ਵਾਪਰੀ ਉਹ ਕੌਮ ਵੀ ਇਸ ਬਾਰੇ ਬੇਖਬਰ ਸੀ, ਤਾਂ ਅਜਿਹੇ ਹੋਰ ਕਿੰਨੇ ਹੋਂਦ ਚਿੱਲੜ ਅਜੇ ਹੋਣਗੇ, ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਦਿਸ ਕਾਇੰਡ ਆਫ ਅ ਕਾਰਨੇਜ ਕੈਨ ਨਾਟ ਟੇਕ ਪਲੇਸ ਅਨਲੈਸ ਦ ਪੁਲਿਸ ਆਰ ਕੰਪਲੀਸਿਟ। ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਐਡਾ ਵੱਡਾ ਕਤਲੇਆਮ ਹੋ ਹੀ ਨਹੀਂ ਸਕਦਾ। ਪੁਲਿਸ ਪੂਰੀ ਤਰ੍ਹਾਂ ਸ਼ਾਮਲ ਸੀ। ਉਹਦੀ ਉਦਾਹਰਣ ਆ ਤ੍ਰਿਲੋਕਪੁਰੀ ਦਾ ਕਤਲੇਆਮ। ਜਮਨਾ ਪਾਰ ਦੇ ਇਸ ਇਲਾਕੇ ਦਾ ਦੁਖਾਂਤ ਸਿਰਫ ਇਹ ਨਹੀਂ ਕਿ ਇੱਥੋਂ ਦੇ ਸਾਰੇ ਸਿੱਖ ਆਦਮੀ ਕੋਹ ਕੋਹ ਕੇ ਮਾਰ ਮੁਕਾਏ, ਸਗੋਂ ਇਸ ਦਾ ਦੁਖਾਂਤ ਇਹ ਵੀ ਹੈ ਕਿ ਜੋ ਬੇਪਤੀ ਸਿੱਖ ਬੀਬੀਆਂ ਦੀ ਇੱਥੇ ਹੋਈ ਉਹ ਸ਼ਾਇਦ ਪੂਰੇ ਸਿੱਖ ਇਤਿਹਾਸ ਵਿੱਚ ਕਦੇ ਨਹੀਂ ਹੋਈ, ਨਾ ਮੁਗਲ ਹਕੂਮਤ ਸਮੇਂ ਤੇ ਨਾ ਹੀ ਅੰਗਰੇਜ਼ ਸਾਮਰਾਜ ਹੇਠ। ਇਸ ਬਸਤੀ ਦੀਆਂ ਸਾਰੀਆਂ ਸਿੱਖ ਬੀਬੀਆਂ, ਕੀ ਬਜ਼ੁਰਗ ਕੀ ਬੱਚੀਆਂ, ਉਹਨਾਂ ਨੂੰ ਪਬਲੀਕਲੀ ਅਲਫ ਨੰਗਿਆਂ ਕਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਸ ਚੌਂਕ ਵਿੱਚ ਬਿਠਾਇਆ ਗਿਆ। ਪੂਰੀ ਰਾਤ ਤਮਾਸ਼ਬੀਨ ਬਣੀ ਭੀੜ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਨਾਲ ਗੈਂਗ ਰੇਪ ਕੀਤੇ ਗਏ। ਸਿਗਰਟਾਂ ਨਾਲ ਉਹਨਾਂ ਦੀਆਂ ਛਾਤੀਆਂ ਤੇ ਸਰੀਰਾਂ ਉੱਤੇ ਨਿਸ਼ਾਨ ਪਾਏ ਗਏ, ਉਹਨਾਂ ਦੇ ਕੱਪੜੇ ਧੱਕ ਜਲਾ ਦਿੱਤੇ ਤਾਂ ਕਿ ਦਿਨ ਚੜ੍ਹੇ, ਜਾਂ ਤਾਂ ਉਹ ਸ਼ਰਮ ਦੀਆਂ ਮਾਰੀਆਂ ਕਿਸੇ ਗੰਦੇ ਨਾਲੇ ਵਿੱਚ ਡੁੱਬ ਮਰਨ, ਤੇ ਜਾਂ ਫਿਰ The machinery of India has been very consistent, is the word I want to use, in how it's represented atrocities, how it continues to conceal, and how it continues to deny. ਤੁਸੀਂ ਜਦ ਗਵਰਨਮੈਂਟ ਦੇ ਜਿਹੜੇ ਐਕਸਟਰਨਲ ਰੂਪਸ ਨੇ ਪਾਰਟੀਆਂ ਦੇ ਰੂਪ ਵਿੱਚ ਚੇਂਜ ਹੁੰਦੇ ਰਹਿੰਦੇ ਨੇ, ਗੱਲ ਆ ਜਾਂਦੀ ਹੈ ਕਿ ਸਰਕਾਰ ਦੀਆਂ ਪਾਲਿਸੀਆਂ ਕੀ ਨੇ 3 ਕਿਸਮ ਦੀ ਮਾਈਨੋਰਟੀਜ਼ ਦੇ ਪ੍ਰਤੀ। ਇੱਕ ਜੈਂਡਰ ਮਾਈਨੋਰਟੀ ਹੈਗੀ ਆ, ਇੱਕ ਤੁਹਾਡੀ ਐਥਨਿਕ ਮਾਈਨੋਰਟੀ ਆ, ਅਤੇ ਇੱਕ ਰਿਲੀਜੀਅਸ ਮਾਈਨੋਰਟੀ ਆ। ਅਤੇ ਜੇ ਪਿਛਲੇ 47 ਤੋਂ ਬਾਅਦ ਦੇਖੀਓ ਤਾਂ ਬੜੀ ਕਲੀਅਰ ਹੈਗੀ ਆ ਕਿ ਮਾਈਨੋਰਟੀਜ਼ ਨੂੰ ਆਪਸ ਦੇ ਵਿੱਚ ਲੜਾ ਦਿੰਦੇ ਨੇ, ਉਹਨਾਂ ਨੂੰ ਕੁਛ ਰਾਈਟ ਦੇ ਦਿੰਦੇ ਨੇ, ਬਟ ਓਵਰਆਲ ਜਿਹੜੇ ਰਾਈਟਸ ਆ ਸ਼ੇਅਰਿੰਗ ਦੀ ਗੱਲ ਉਹ ਕਿਤੇ ਨਜ਼ਰ ਨਹੀਂ ਆ ਰਹੀ। ਕਾਰਨੇਜ ਵਾਜ਼ ਨਾਟ ਅ ਵਨ ਆਫ ਈਵੈਂਟ, ਇਟ ਇਜ਼ ਨਾਟ ਜਸਟ ਸਮਥਿੰਗ ਦੈਟ ਹੈਪਨਡ ਇਨ 84, ਇਟ ਵਾਜ਼ ਫੋਲੋਡ ਬਾਈ ਦਿਸ ਕਾਇੰਡ ਆਫ ਅ ਵੈਰੀ ਬ੍ਰੇਜ਼ਨ ਕਵਰ ਅਪ ਇਨ ਵਿੱਚ ਸੋ ਮੈਨੀ ਇੰਸਟੀਟਿਊਸ਼ਨਸ ਵਰ ਇਨਵੋਲਵਡ। ਵੀ ਆਰ ਏਬਲ ਟੂ ਡਿਜ਼ਾਈਨ ਇੰਸਟੀਟਿਊਸ਼ਨਸ ਇਨ ਸੱਚ ਅ ਵੇ ਦੈਟ ਦੇ ਅਗੇਨ ਵਰਕ in favor of the people controlling the machine or controlling the system. So sara itihas bamban da eh paya hazaran salan da hai, matlab koi saal sankdyan da apni vi jadon hi kise section ne inna di is authority nu challenge kita, eh injustice nu challenge karta vi nahi sanu insaaf chahida, insaaf da matlab barabari de paddar de utte odo inna ne tolerate nahi kita. ਫਿਰ ਇਹਨੂੰ ਜਿਸ ਹੱਦ ਤੱਕ ਵੀ ਜਾਣਾ ਪਿਆ ਉਸ ਹੱਦ ਤੱਕ ਗਏ। ਇੱਧਰ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਦਰਬਾਰ ਸਾਹਿਬ 'ਤੇ ਹਮਲਾ, ਅਤੇ ਫਿਰ
ਆਪਰੇਸ਼ਨ ਵੁੱਡਰੋਜ਼ ਅਤੇ ਉੱਧਰ ਪੰਜਾਬ ਦੀ ਬਰਬਾਦੀ ਦੇ ਸਮਝੌਤੇ ਦੀ ਤਿਆਰੀ ਰਾਜੀਵ ਲੌਂਗੋਵਾਲ ਅਕੋਰਡ ਜਿਸ ਵਿੱਚ SYL ਨੂੰ ਖੁਦ ਪੱਟ ਕੇ ਦੇਣ ਦੇ ਸਮਝੌਤੇ 'ਤੇ ਦਸਤਖਤ ਕਰਵਾਏ ਗਏ ਉਹ SYL ਜਿਸ ਨੂੰ ਰੋਕਣ ਦੀ ਗੁਸਤਾਖੀ ਬਦਲੇ ਭਾਰਤੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੰਡਰ ਬਣਾ ਦਿੱਤਾ ਸੀ ਸਰਦਾਰ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਸੀਗੇ ਉਹਨਾਂ ਦੇ ਕੋਲ ਕੋਈ ਵਿਧਾਨਕ ਪੁਜੀਸ਼ਨ ਨਹੀਂ ਸੀਗੀ ਇਸ ਕਰਕੇ ਬਹੁਤੇ ਜਿਹੜੇ ਮਾਰ ਕਹਿੰਦੇ ਆ ਵੀ ਇਹ ਸਮਝੌਤਾ ਵੈਲਿਡ ਨਹੀਂ ਗਿਣਿਆ ਜਾਣਾ ਚਾਹੀਦਾ ਪਰ ਇਹ ਅੱਜ ਤੱਕ ਵੀ ਜਿੰਨੇ ਵੀ ਲੀਗਲ ਕੇਸ ਹੋਏ ਆ ਪੰਜਾਬ ਦੇ ਜਾਂ ਕੁਛ ਵੀ ਹੋ ਰਿਹਾ ਜੋ ਕੁਛ ਵੀ ਹੋ ਰਿਹਾ ਉਹਦੇ ਵਿੱਚ ਇਸ ਸਮਝੌਤੇ ਦੀ ਗੱਲ ਕੀਤੀ ਜਾਂਦੀ ਹੈ ਅੱਜ ਤੱਕ ਵੀ ਕੀਤੀ ਜਾਂਦੀ ਹੈ ਇਹ ਸਿਰਫ ਪਾਣੀ ਦੀ ਗੱਲ ਨਹੀਂ ਸੀ ਇਹ ਤਾਂ ਪੰਜਾਬੀਆਂ ਦੀ ਹੋਣ ਦਾ ਸਵਾਲ ਸੀ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਨਿਰਭਰ ਹੈ ਇਸ 'ਤੇ ਜਿਸ ਲਈ ਇੰਨਾ ਖੂਨ ਡੁੱਲਿਆ ਇੰਨਾ ਕੁਛ ਹੋਇਆ ਪਰ ਇਹ ਸਾਰੇ ਕਾਸੇ ਦੇ ਬਾਵਜੂਦ ਨਹਿਰ ਫਿਰ ਬਣਨੀ ਸ਼ੁਰੂ ਹੋ ਗਈ ਹਰਿਆਣੇ ਵਾਲਾ ਪਾਸਾ ਤਾਂ ਪਹਿਲਾਂ ਹੀ ਤਿਆਰ ਪਿਆ ਅਤੇ ਜਿਹੜਾ ਨੰਗਲ ਤੋਂ ਰੋਪੜ ਤੱਕ ਦਾ ਹਿੱਸਾ ਉਹਦੇ 'ਚ ਵੀ ਪਾਣੀ ਛੱਡਿਆ ਹੋਇਆ ਭਾਖੜਾ ਮੇਨ ਲਾਈਨ ਦੇ ਨਾਲ ਜਿਹੜੀ ਦੂਜੀ ਪੱਕੀ ਨਹਿਰ ਆ ਉਹ SYL ਹੀ ਹੈ ਰੋਪੜ ਤੋਂ ਉਸ ਨੂੰ ਆਰਜ਼ੀ ਤੌਰ 'ਤੇ ਮੁੜ ਸਤਲੁਜ ਸਿਰਫ ਇਸੇ ਕਰਕੇ ਪਾਇਆ ਕਿਉਂਕਿ ਪੰਜਾਬ ਵਾਲਾ ਬਾਕੀ ਦਾ ਹਿੱਸਾ ਪੂਰੀ ਤਰ੍ਹਾਂ ਤਿਆਰ ਨਹੀਂ ਪੱਟਿਆ ਹੋਇਆ ਪਰ ਪੱਕਾ ਨਹੀਂ ਹੋਇਆ ਅਤੇ ਇਸ ਸਮਝੌਤੇ ਪਿੱਛੋਂ ਉਹਨੂੰ ਪੱਕਾ ਕਰਨ ਦਾ ਜਿਹੜਾ ਕੰਮ ਸੀ ਉਹ ਜੰਗੀ ਪੱਧਰ 'ਤੇ ਸ਼ੁਰੂ ਹੋ ਗਿਆ ਸੈਂਟਰ ਦੀ ਹਦਾਇਤ ਸੀ ਵੀ ਇਹਨੂੰ 15 ਅਗਸਤ 1986 ਤੱਕ ਪੂਰਾ ਕਰਕੇ ਦੇਣਾ ਰੋਪੜ ਤੋਂ ਚੁੰਨੀ ਕਲਾਂ ਤੱਕ ਤਾਂ ਇਹ ਪੱਕੀ ਵੀ ਹੋ ਗਈ ਸੀ ਤਾਂ ਅਖੀਰ ਪੰਜਾਬ ਦੇ ਜੁਝਾਰੂਆਂ ਨੂੰ ਇਹਨੂੰ ਬੰਦੂਕ ਦੇ ਜ਼ੋਰ 'ਤੇ ਰੋਕਣਾ ਪਿਆ ਇਸ ਕੰਟੈਕਸ ਦੇ ਵਿੱਚ ਜਿਹੜੀ ਆ ਮਿਲੀਟੈਂਸੀ ਨੇ ਜਨਮ ਲਿਆ ਕੋਈ ਹੋਰ ਸਾਧਨ ਨਹੀਂ ਛੱਡੇ ਗਏ ਸੁਪਰੀਮ ਕੋਰਟ ਵਾਲਾ ਸਾਧਨ ਨਹੀਂ ਛੱਡਿਆ ਗਿਆ ਨੈਗੋਸ਼ੀਏਟਿੰਗ ਟੇਬਲ 'ਤੇ ਨਹੀਂ ਤੁਹਾਨੂੰ ਜਾ ਕੇ ਕੋਈ ਇਨਸਾਫ ਮਿਲਿਆ ਤੁਸੀਂ ਪੀਸਫੁੱਲ ਨੋਨ ਵਾਇਲੈਂਟ ਐਜੀਟੇਸ਼ਨ ਕੀਤਾ ਤਾਂ ਤੁਹਾਨੂੰ ਇਨਸਾਫ ਨਹੀਂ ਮਿਲਿਆ ਤੁਹਾਡਾ ਜਿਹੜਾ ਸੈਂਟਮ ਸਿਮਟੋਰਮ ਸੀ ਸਿੱਖੀ ਦਾ ਦਿਲ ਸੀ ਉਸ ਨੂੰ ਤੈਸ਼ ਨੈਸ਼ ਕਰ ਦਿੱਤਾ ਤਾਂ ਤੁਹਾਨੂੰ ਇਨਸਾਫ ਨਹੀਂ ਮਿਲਿਆ ਤੋ ਇਹ ਸਾਰੇ ਕੰਟੈਕਸ ਦੀ ਇੱਕ ਟ੍ਰੈਜਿਕ ਸਟੋਰੀ ਹੈ ਐਨ ਇਨ ਡੈਮੋਕ੍ਰੇਸੀ ਆਲਸੋ ਦੋ ਵੀ ਸੇ ਡੈਮੋਕ੍ਰੇਸੀ ਸਬਸਟੀਟਿਊਟ ਐਂਡ ਵਿਦਆਊਟ ਵਾਇਲੈਂਸ ਵੀ ਕੈਨ ਸਟਿਲ ਕ੍ਰੀਏਟ ਐਨ ਈਕੁਅਲ ਸੈਟ ਇਟ ਇਜ਼ ਨੋਟ ਵਰਕਿੰਗ ਆਊਟ ਦੈਟ ਵੇ ਇਲੈਕਸ਼ਨਸ ਆਰ ਨੋਟ ਫੇਅਰ ਕੋਰਟਸ ਆਰ ਨੋਟ ਜਸਟ ਪ੍ਰੈਸ ਇਜ਼ ਨੋਟ ਇੰਪਾਰਸ਼ਲ ਐਂਡ ਯੋਰ ਅਦਰ ਸਿਸਟਮਸ ਆਫ ਹਾਊਸਐਵਰ ਯੂ ਮੇ ਡੂ ਇਟ ਇਟ ਇਜ਼ ਐਕਚੁਲੀ ਕੰਪਲੀਟਲੀ ਬਾਇਸਡ ਇਨ ਫੇਵਰ ਆਫ ਦ ਐਗਜ਼ਿਸਟਿੰਗ ਪਾਵਰ ਸਟਰਕਚਰ ਡੈਮੋਕ੍ਰੇਸੀ ਆ ਬੁਲਡੋਜ਼ਰ It's much worse than a dictatorship because legitimate government and legitimate government has done blue star and legitimate government has ordered army and legitimate laws are made armed forces special power act and tada rest of the country is applauding so when you are considered anti-Indian there is a very powerful law in India that can be employed and that is the law of sedition ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ 'ਤੇ ਕੋਈ ਵੀ ਜੁਰਮ ਮਾਫ਼ ਹੈ ਉਹਨਾਂ 'ਤੇ ਸਿਰਫ ਇਸਟੈਬਲਿਸ਼ ਕਰਨ ਦੀ ਲੋੜ ਹੁੰਦੀ ਹੈ ਵੀ ਇਹ ਖਤਰਾ ਉਹਦੇ ਵਾਸਤੇ ਝੂਠ ਬੋਲਣ ਦੀ ਲੋੜ ਹੁੰਦੀ ਹੈ ਉਹ ਝੂਠ ਬੋਲਣ ਦੀ ਪੂਰੀ ਕਲਾ ਚਾਹੀਦੀ ਹੈ ਉਹ ਇਹਨਾਂ ਕੋਲ ਸੀਗੀ ਮੀਡੀਆ ਇਹਨਾਂ ਦੇ ਨਾਲ ਸੀਗਾ ਮਾਇੰਡ ਇਹਨਾਂ ਕੋਲ ਹੈਗਾ ਇਸ ਕਿਸਮ ਦਾ ਜਿਹੜਾ ਨਾ ਵੀ ਕੁਛ ਫੈਕਟਸ ਨੂੰ ਇਸ ਤਰ੍ਹਾਂ ਸਪਿੰਨ ਕਰਨਾ ਕੁਛ ਕਨਕੋਕਟ ਕਰਨਾ ਜਿਵੇਂ ਖੰਭਾਂ ਦੀਆਂ ਡਾਰਾਂ ਬਣਾਉਣੀਆਂ ਫਿਰ ਗੱਲ ਨੂੰ ਲੌਜਿਕ ਦੇ ਸਿਰੇ ਤੱਕ ਲੈ ਜਾਣਾ ਉਹ ਸਾਰੀਆਂ ਗੱਲਾਂ ਖਿੱਚ ਕੇ ਵੀ ਇਸ ਤਰ੍ਹਾਂ ਜਿਹਨੂੰ ਬਾਅਦ ਡੈਮੋਨਾਈਜ਼ ਕਰਨਾ ਵੀ ਜਦੋਂ ਸਿੱਖ ਵਰਗ ਨੂੰ ਡੈਮੋਨਾਈਜ਼ ਕਰਤਾ ਅਤੇ ਲੋਕਾਂ ਨੂੰ ਇਹ ਦਿਖਾਤਾ ਇਹਦੇ 'ਚ ਇਹ ਕਾਮਯਾਬ ਹੁੰਦੇ ਨੇ ਇਹਦੇ 'ਚ ਹਿੰਦੂ ਸਮਾਜ ਦੀਆਂ ਸਾਰੀਆਂ ਲੇਅਰਸ ਅਫੈਕਟ ਹੋ ਜਾਂਦੀਆਂ ਸਾਰੀਆਂ ਭਾਰਤ ਦੀ ਸੱਤਾ 'ਤੇ ਕਾਬਜ਼ ਇਹ ਫਿਰਕੂ ਸੋਚ ਹਮੇਸ਼ਾ ਦੀ ਤਰ੍ਹਾਂ ਦੁਨੀਆ ਨੂੰ ਮੂਰਖ ਬਣਾ ਰਹੀ ਹੈ ਅਤੇ ਉਸ ਦੀ ਇਸ ਖੇਡ ਵਿੱਚ ਸਰਕਾਰੀ ਮਸ਼ੀਨਰੀ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦਾ ਸਰਮਾਏਦਾਰ ਵਰਗ ਪੂਰੀ ਤਰ੍ਹਾਂ ਸ਼ਾਮਿਲ ਹੈ ਮਾਈਨੋਰਿਟੀਜ਼ ਦਾ ਫਿਊਚਰ ਹਿੰਦੁਸਤਾਨ ਦੇ ਵਿੱਚ ਜੀ ਬੜਾ ਕਲੀਅਰ ਹੈਗਾ ਕਿ ਇਸ ਵੇਲੇ ਸਾਰੀਆਂ ਮਾਈਨੋਰਿਟੀ ਕਮਿਊਨਿਟੀਜ਼ ਦੀ ਫਸਟ ਐਂਡ ਸੈਕਿੰਡ ਲੈਵਲ ਦੀ ਲੀਡਰਸ਼ਿਪ ਨੂੰ ਜਾਂ ਤਾਂ ਉਹਨਾਂ ਨੇ ਐਕਸਟ੍ਰੀਮਿਸਟ ਦੇ ਵਾਂਗੂ ਪੇਸ਼ ਕਰ ਦਿੱਤਾ ਹੈਗਾ ਜਾਂ ਉਹਨਾਂ ਨੂੰ ਕੋਆਪਟ ਕਰ ਲਿਆ ਫਿਊਚਰ ਇਜ਼ ਬਲੀਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 2004 ਦੇ ਵਿੱਚ ਇਹ
SYL ਫੇਰ ਖਬਰਾਂ ਦੇ ਵਿੱਚ ਆਈ ਜਦੋਂ 2002 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਨਹਿਰ ਨੂੰ ਦੁਬਾਰਾ ਬਣਾਉਣ ਲਈ। 2004 ਦੇ ਵਿੱਚ ਇਹਨਾਂ ਵਾਸਤੇ ਇੱਕ ਬੜਾ ਸੰਵਿਧਾਨਕ ਸੰਕਟ ਖੜਾ ਹੋ ਗਿਆ ਪੰਜਾਬ ਸਰਕਾਰ ਲਈ ਵੀ ਇਹ ਨਹਿਰ ਬਣਾਉਣ ਕਿ ਨਾ ਬਣਾਉਣ, ਕਿਉਂਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਸੀ ਇਸ ਨਹਿਰ ਨੂੰ ਫਿਨਿਸ਼ ਕੀਤਾ ਜਾਵੇ, SYL ਨੂੰ ਫਿਨਿਸ਼ ਕੀਤਾ ਜਾਵੇ। ਉਸ ਤੋਂ ਬਾਅਦ ਕੀ ਹੋਇਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਟਰਮੀਨੇਸ਼ਨਸ ਆਫ ਐਗਰੀਮੈਂਟਸ ਐਕਟ 2004 ਲਿਆਂਦਾ, ਜੋ ਕਿ 12 July 2004 ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ। ਉਹਦੇ ਵਿੱਚ ਇਹਨਾਂ ਨੇ ਇਹ ਲਿਆਂਦਾ ਵੀ ਅਸੀਂ ਜਿਹੜੇ ਪਾਣੀਆਂ ਦੇ ਸਮਝੌਤੇ ਆ, ਉਹ ਪਿਛਲੇ ਜਿਹੜੇ ਵੀ ਸਮਝੌਤੇ ਹੋਏ ਇਸ ਡੇਟ ਤੋਂ ਪਹਿਲਾਂ, ਉਹ ਸਾਰੇ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੈਂਸਲ ਕਰ ਰਹੇ ਹਾਂ। ਪਰ ਜਿਹੜੇ ਮਾਹਰ ਆ ਪਾਣੀਆਂ ਦੇ ਮਾਹਰ ਆ, ਉਹ ਕਹਿੰਦੇ ਵੀ ਇਹਦੇ ਵਿੱਚ ਵੀ ਕੁਛ ਊਣਤਾਈਆਂ ਰਹਿ ਗਈਆਂ ਜਿਹੜੇ ਇਹਨਾਂ ਨੇ ਐਕਟ ਪਾਸ ਕੀਤਾ ਉਦੋਂ। ਇਸ ਐਕਟ ਨੂੰ ਪੰਜਾਬ ਦੀਆਂ ਤਿੰਨੇ ਵੱਡੀਆਂ ਪਾਰਟੀਆਂ ਉਸ ਟਾਈਮ ਦੀਆਂ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਰਬਸੰਮਤੀ ਦੇ ਨਾਲ ਪੰਜਾਬ ਵਿਧਾਨ ਸਭਾ 'ਚ ਪਾਸ ਕੀਤਾ। ਉਹਦੇ ਵਿੱਚ ਇੱਕ ਜਿਹੜੀ ਵੈਰੀ ਕੰਟਰੋਵਰਸ਼ੀਅਲ ਸੀਗੀ, ਕਲੋਜ਼ 5 ਐਡ ਕਰ ਦਿੱਤੀ ਗਈ, ਜਿਹਦਾ ਅੱਜ ਤੱਕ ਵੀ ਰੌਲਾ ਚੱਲ ਰਿਹਾ। ਉਹਦੇ ਵਿੱਚ ਇਹ ਕਿਹਾ ਗਿਆ ਕਿ ਦੂਸਰੀਆਂ ਸਟੇਟਾਂ ਨੂੰ ਜਿੰਨਾ ਪਾਣੀ ਅੱਜ ਦੀ ਡੇਟ ਦੇ ਵਿੱਚ 12 July 2004 ਨੂੰ ਜਾ ਰਿਹਾ ਦੂਸਰੀਆਂ ਸਟੇਟਾਂ ਨੂੰ, ਪੰਜਾਬ ਦੇ ਦਰਿਆਵਾਂ ਦਾ ਪਾਣੀ ਨੌਨ ਰਾਈਪੇਰੀਅਨ ਸਟੇਟਾਂ ਅਤੇ ਰਾਈਪੇਰੀਅਨ ਸਟੇਟਾਂ ਜਿੰਨੀਆਂ ਵੀ ਸੀਗੀਆਂ, ਉਨਾ ਹੀ ਪਾਣੀ ਉਹਨਾਂ ਨੂੰ ਜਾਂਦਾ ਰਹੂਗਾ। ਇਹ ਕਲੋਜ਼ ਨੰਬਰ 5 ਉਸ ਐਕਟ ਦੇ ਵਿੱਚ ਪਾ ਦਿੱਤੀ ਗਈ ਉਦੋਂ। ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਇਆ। ਪੰਜਾਬ ਦੇ ਵਿੱਚ ਸਰਕਾਰਾਂ ਚਾਹੇ ਕਿਸੇ ਤਰ੍ਹਾਂ ਦੀਆਂ ਰਹੀਆਂ, ਕਈ ਤਰ੍ਹਾਂ ਦੇ ਗੈਰ ਸੰਵਿਧਾਨਕ ਸਮਝੌਤਿਆਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀਆਂ ਤੋਂ ਸਾਈਨ ਕਰਵਾਏ ਗਏ, ਪਰ ਕਦੀ ਵੀ ਪੰਜਾਬ ਦੀ ਵਿਧਾਨ ਸਭਾ ਨੇ ਜਾਂ ਪੂਰੀ ਵਿਧਾਨਕ ਟੀਮ ਨੇ ਕਿਸੇ ਵੀ ਸਮਝੌਤੇ ਦੇ ਉੱਤੇ ਮੋਹਰ ਨਹੀਂ ਸੀ ਲਾਈ ਜਿਹਦੇ ਵਿੱਚ ਪੰਜਾਬ ਦਾ ਪਾਣੀ ਗੈਰ ਰਾਈਪੇਰੀਅਨ ਸਟੇਟਾਂ ਨੂੰ ਦੇਣਾ ਮੰਨਿਆ ਗਿਆ ਹੋਵੇ। ਇਹ 2004 ਦੇ ਵਿੱਚ ਹੋਇਆ ਜੀ, ਜਦੋਂ ਇਹ ਜਿਹੜਾ ਪੰਜਾਬ ਵਾਟਰਸ ਟਰਮੀਨੇਸ਼ਨ ਐਕਟ 2004 ਪਾਸ ਹੋਇਆ। ਦੇਸ਼ ਪੰਜਾਬ ਦੇ ਅਣਖੀ ਲੋਕਾਂ ਨੂੰ ਘਸਿਆਰੇ ਬਣਾ, ਉਹਨਾਂ ਦੀ ਆਵਾਜ਼ ਨੂੰ ਹਮੇਸ਼ਾ ਹਮੇਸ਼ਾ ਲਈ ਬੰਦ ਕਰਨ ਖਾਤਰ ਵਿਪਰਵਾਦੀ ਸਰਮਾਏਦਾਰ ਤਾਕਤਾਂ ਆਪਣੇ ਆਖਰੀ ਹਮਲੇ ਦੀ ਪੂਰੀ ਤਿਆਰੀ ਕਰ ਚੁੱਕੀਆਂ ਨੇ। ਅਤੇ ਇਸ ਵਾਰ ਦਾ ਇਹ ਹਮਲਾ ਪੰਜ ਦਰਿਆਵਾਂ ਦੀ ਧਰਤੀ 'ਤੇ ਹਜ਼ਾਰਾਂ ਸਾਲਾਂ ਤੋਂ ਵਸੀ ਇਸ ਸੱਭਿਅਤਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੂ। 10 ਫੀਟ ਖੋਦਨੇ ਸੇ ਨਦੀ ਮਿਲ ਜਾਏਗੀ, ਮਤਲਬ ਯਾ ਮਤਲਬ ਇਸਕਾ ਹਾਂ ਆਏਗੀ ਨਹੀਂ, ਮਿਲ ਗਈ ਮਿਲ ਗਈ ਗਈ। ਹਰਿਆਣਾ ਰਾਜਸਥਾਨ ਵਿੱਚੋਂ ਦੀ ਹੁੰਦੀ ਹੋਈ ਗੁਜਰਾਤ ਦੇ ਕੱਛ ਇਲਾਕੇ ਤੱਕ ਪੱਟੀ ਜਾ ਰਹੀ ਇਹ ਨਦੀ ਕੋਈ ਇਤਫਾਕ ਨਹੀਂ ਹੈ, ਸਗੋਂ ਇਹ ਤਾਂ ਸਰਸਵਤੀ ਨੂੰ ਪ੍ਰਗਟ ਕਰਨ ਦੇ ਦੰਭ ਹੇਠ ਪੰਜਾਬ ਦੇ ਬਚੇ ਖੁਚੇ ਪਾਣੀ ਨੂੰ ਨਿਚੋੜਨ ਦੀ ਤਿਆਰੀ ਆ। ਉਹ ਸਰਸਵਤੀ ਦੇਵੀ ਜਿਸ ਦੀ ਹਜ਼ਾਰਾਂ ਸਾਲਾਂ ਤੋਂ ਤਾਂ ਇਹ ਕਹਿ ਕੇ ਪੂਜਾ ਹੋ ਰਹੀ ਆ ਕਿ ਉਹ ਪ੍ਰਯਾਗ 'ਚ ਗੰਗਾ ਜਮਨਾ ਦੇ ਸੰਗਮ 'ਚ ਮਿਲਣ ਵਾਲੀ ਤੀਜੀ ਗੁਪਤ ਨਦੀ ਆ, ਤ੍ਰਿਵੈਣੀ। ਪਰ ਹੁਣ ਉਹ ਅਚਾਨਕ ਪੰਜਾਬ ਦੇ ਮੋਢਾ ਪ੍ਰਗਟ ਹੋਈ। ਇਹ ਨਦੀ ਉਸ ਤਰਫ ਸੇ ਆ ਰਹੀ ਥੀ, ਇਸ ਤਰਫ ਬਹਿ ਰਹੀ ਔਰ ਇਸ ਤਰਫ ਬਹਿਤੀ ਹੋਈ ਕਹਾਂ ਜਾ ਰਹੀ ਹੈ, ਰਾਨ ਆਫ ਕੱਛ ਕੇ ਤਰਫ ਜਾ ਰਹੀ ਹੈ। ਇਸ ਤਰਫ ਬਹਿਤੀ ਹੋਈ ਆਗੇ ਕੁਰੂਕਸ਼ੇਤਰ, ਕੁਰੂਕਸ਼ੇਤਰ ਸੇ ਆਗੇ ਫਿਰ ਬਾਕੀ ਜਗ੍ਹਾਓਂ ਸੇ ਹੋਤੀ ਹੋਈ ਐਂਡ ਮੇ ਜਾ ਕੇ ਯੇ ਰਾਨ ਆਫ ਕੱਛ ਮੇ ਜਾ ਰਹੀ ਥੀ। ਅੱਛਾ, ਸਰਸਵਤੀ ਨਦੀ ਕਾ ਜਿਤਨਾ ਵੀ ਹਮਾਰਾ ਗਿਆਨ ਹੈ ਵੋ ਬੇਸਡ ਹੈ ਰਿਗਵੇਦ ਪੇ। ਰਿਗਵੇਦ ਕਹਿਤਾ ਹੈ ਕਿ ਯੇ ਇੱਕ ਐਸੀ ਨਦੀ ਥੀ ਜੋ ਬਹੁਤ ਪਾਣੀ ਸਾਥ ਲੈ ਕੇ ਚਲਤੀ ਥੀ, ਗਰਜਤੀ ਥੀ, ਔਰ ਇਸ ਨਦੀ ਮੇ ਪਹਾੜੀ ਪਹਾੜੋ ਕੀ ਸ਼੍ਰਿੰਖਲਾਏ ਜੋ ਹੈ ਵੋ ਫੂਲੋ ਕੀ ਤਰ੍ਹਾਂ ਬਹਾ ਕਰਤੀ ਥੀ। ਤੋ ਯੇ ਇੱਕ ਤਰ੍ਹਾਂ ਸੇ ਇੱਕ ਜਿਓਲੋਜੀਕਲ ਫੈਕਟ ਹੈ ਜੋ ਰਿਗਵੇਦ ਮੇ ਕੈਪਚਰ ਕੀਆ ਗਿਆ। ਫੈਕਟਸ ਕੋ ਤੋ ਕਈ ਵਾਰ ਵਿਵਾਦ ਵੀ ਹੈ ਕਿ ਅਲਗ ਅਲਗ ਲੋਗੋ ਨੇ ਦਾਵਾ ਕੀਆ ਕਿ ਇੱਕ ਸਰਸਵਤੀ ਵੋ ਹੈ ਜੋ ਪ੍ਰਯਾਗ ਵਾਲੀ ਸਰਸਵਤੀ ਹੈ। ਇੱਕ ਵਿਵਾਦ ਹੈ ਕਿ ਜੋ ਅਫਗਾਨਿਸਤਾਨ ਕਾ ਜੋ ਹਿੱਸਾ ਹੈ ਵਹਾਂ ਪੇ ਵੀ ਇੱਕ ਸਰਸਵਤੀ ਨਦੀ ਮਿਲਤੀ ਹੈ, ਹੇਲਮਨ ਸਭਿਅਤਾ ਜਿਸਕੋ ਕਹਿਤੇ ਹੈ। ਅਗਰ ਯੇ ਪਾਣੀ ਕਾ ਚੈਨਲ ਹੈ, ਧਰਤੀ ਕੇ ਭੀਤਰ ਬਹੁਤ ਸਾਰੇ ਪਾਣੀ ਕੇ ਚੈਨਲ ਨਿਕਲ ਸਕਤੇ ਹੈ, ਤੋ ਯੇ ਸਰਸਵਤੀ ਹੀ ਕਿਉਂ ਹੈ? ਯਾ ਸਰਸਵਤੀ ਹੈ, ਅਗਰ ਕੋਈ ਕਹੇ ਕਿ ਯੇ ਸਰਸਵਤੀ ਕੇ ਇਲਾਵਾ ਕੁਛ ਔਰ ਨਦੀ ਹੋ ਸਕਤੀ ਹੈ, ਤੋ ਆਪਕਾ ਤਤਕਾਲਿਕ ਯਾ ਪ੍ਰਮਾਣਿਕ ਜਵਾਬ ਕਿਆ ਹੋ ਸਕਤਾ ਹੈ? ਮੇਰਾ ਜਵਾਬ ਯੇ ਹੈ ਕਿ ਯੇ ਜੋ ਨਦੀ ਹੈ ਇਸ ਕੇ ਅੰਦਰ ਯੇ ਕਹਿਣਾ ਕਿ ਯੇ ਸਰਸਵਤੀ ਨਹੀਂ ਹੈ, ਇਹ ਸਰਸਵਤੀ ਨਹੀਂ ਹੈ ਕਾ ਵੀ ਉਹੀ ਉੱਤਰ ਹੈ ਕਿ ਇਹ ਸਰਸਵਤੀ ਹੈ। ਸਾਡੇ ਲਈ ਚਿੰਤਾ ਦਾ ਵਿਸ਼ਾ ਇਹ ਨਹੀਂ ਕਿ ਇੱਥੇ ਕੋਈ ਨਦੀ ਹੁੰਦੀ ਸੀ ਜਾਂ ਨਹੀਂ, ਜੇ ਹੁੰਦੀ ਸੀ ਤਾਂ ਉਹ ਸਰਸਵਤੀ ਹੀ ਸੀ ਜਾਂ ਕੋਈ ਹੋਰ। ਸਾਡੇ ਲਈ ਤਾਂ ਚਿੰਤਾ ਇਹ ਹੈ ਕਿ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਕੇ ਅਰਬਾਂ ਦੀ ਲਾਗਤ ਨਾਲ ਪੱਟੀ ਜਾਣ ਵਾਲੀ ਇਸ ਨਦੀ ਨੂੰ ਭਰਨਾ ਕਿਸ ਪਾਣੀ ਨਾਲ ਹੈ? आपके इस ट्रैक के मिलने से इसका सोर्स क्या होता है तत्कालिक, मतलब तत्कालिक अगर आप ये सोर्स तो इसका जो है वो हायर हिमालयन
ही है, ग्लेशिएटेड ही है। कई बार कहा था कि सतलज और यमुना के बीच बहती थी, कई बार कहता था कि सतलज ही इसकी सहायक नदी थी। जब हम सरस्वती की बात करते हैं तो ये चीज उसमें पक्का है कि उसमें पानी बहुत था, और पानी बहुत था तो लॉजिकल कंक्लूजन है कि बहुत सी बड़ी नदियां मिलके इसको बनाती होंगी। तो इसके अंदर जो सरस्वती है, इसके बड़ी नदियां मिलके बनाती हैं, बड़ी नदियां मिलके, मतलब ये छोटी नदी थी तभी बड़ी नदियां मिलकर। नहीं नहीं नहीं, लखां सालां तों अलोप ते प्यासी पई इस सरस्वती नदी नूं प्रगट करके इस दी प्यास बुझाउण लई किहड़े दरियावां दे रुख मोड़े जाणगे। उत्तरी भारत दे खास करके पंजाब दे दरियावां दा जिहड़ा कुदरती वहा ओह हिमालिया तों समुंदर वाले पासे नूं आ, उच्चे तों नीवें पासे नूं, ते पाणी कदे वी नीवें तों उच्चे पासे नूं नहीं लिजाया जा सकदा। इस करके सरस्वती विच जे किसी दरिया का पानी पाया जा सकता तां ओ सिर्फ ते सिर्फ सतलुज दा, होर कोई पानी ओदे विच पै ही नहीं सकता सवाए सतलुज दे पानी दे। सर अगर मान लीजिए वो चैनल आपने खोद दिया, वहां पे एक पानी, अभी तो ये पानी नहीं है, तो यानी कि उसमें किसी और चैनल से पानी डालेंगे तो किसी ना किसी जो स्वाभाविक चैनल उसके साथ ना इंसाफी होगी ना, उसको भरने के लिए, टूरिस्ट स्पॉट बनाने के लिए। ਜਿਹੜਾ SYL ਕਨਾਲ ਦਾ ਮੁੱਦਾ ਸੀਗਾ, ਇਹ ਤਾਂ ਉਸ ਤੋਂ ਵੱਡਾ ਇੱਕ ਜਿਹੜਾ ਸ਼ੜਯੰਤਰ ਰਚਿਆ ਜਾ ਰਿਹਾ, ਜਿਹਦੇ ਵਿੱਚ ਕੱਲ੍ਹ ਇਹ ਕਿਹਾ ਜਾਊਗਾ ਕਿ ਇਹ ਧਾਰਮਿਕ ਮੁੱਦਾ ਬਣਾਇਆ ਜਾਊਗਾ, ਉਹਦੇ ਵਾਸਤੇ ਪਾਣੀ ਖੋਣ ਵਾਸਤੇ ਸਾਰੇ ਮੁਲਕ ਨੂੰ ਤਿਆਰ ਕਰ ਲਿਆ ਜਾਊਗਾ, ਅਤੇ ਉਹ ਪਾਣੀ ਕਿੱਥੋਂ ਆਊਗਾ? ਉਹ ਪਾਣੀ ਨੈਚੁਰਲੀ ਆ, ਜਿਹੜਾ ਸਾਡੇ ਕੋਲ ਅੱਜ ਡੇਢ ਕੁ ਆਬ ਬਚ ਗਿਆ ਹੈਗਾ, ਉਸਦੇ ਵਿੱਚੋਂ ਜਿਹੜਾ ਪਾਣੀ ਹੈਗਾ ਆ ਉਹ ਖੋਹ ਕੇ ਉਹਨਾਂ ਨੇ ਦੇ ਦੇਣਾ। SYL 'ਚ ਕੁੱਲ 3.6 million ਏਕੜ ਫੁੱਟ ਪਾਣੀ ਛੱਡਣਾ ਸੀ। ਜਦੋਂ 1985 'ਚ SYL ਬਣਨੀ ਰੁਕੀ ਤਾਂ ਉਹਨਾਂ 2.1 million ਏਕੜ ਫੁੱਟ ਪਾਣੀ ਨੂੰ ਰੋਪੜ ਕੋਲੋਂ ਭਾਖੜਾ ਨਹਿਰ 'ਚ ਪਾਤਾ। ਹੁਣ ਬਚਿਆ 1.5 million ਏਕੜ ਫੁੱਟ ਪਾਣੀ, ਉਹਦੇ ਵਿੱਚੋਂ 450 ਕਿਊਸਿਕ ਹੁਣ ਫਿਰ 1 May 2015 ਨੂੰ ਭਾਖੜਾ ਨਹਿਰ ਦੇ ਕਿਨਾਰਿਆਂ ਨੂੰ 2-2 ਫੁੱਟ ਉੱਚੇ ਕਰਕੇ ਉਹਦੇ 'ਚ ਛੱਡਤਾ। ਹੁਣ ਜਦੋਂ SYL ਦਾ ਬਹੁਤਾ ਪਾਣੀ ਤਾਂ ਪਹਿਲਾਂ ਹੀ ਹਰਿਆਣੇ 'ਚ ਜਾ ਰਿਹਾ, ਤਾਂ SYL ਤਾਂ ਕੋਈ ਵੱਡਾ ਮੁੱਦਾ ਰਿਹਾ ਨਾ। ਮੁੱਦਾ ਤਾਂ ਸਰਸਵਤੀ ਆ, ਜਿਹਦੇ ਵਿੱਚ ਬਚਿਆ ਪਾਣੀ ਵੀ ਬਾਹਰ ਚਲੇ ਜਾਣਾ ਵਾ। ਪਰ ਜਿਹੜਾ ਇੱਕ ਮੁੱਦਾ ਹੀ ਧਾਰਮਿਕ ਤੌਰ ਦੇ ਉੱਤੇ ਉਭਾਰਿਆ ਜਾ ਰਿਹਾ, ਉਹਦੇ ਅੰਡਰ ਜਾ ਕੇ ਕਿਸੇ ਵੀ ਦੂਜੇ ਰਹਿਣ ਜਗ੍ਹਾ 'ਚ ਰਹਿਣ ਵਾਲੇ ਬੰਦਿਆਂ ਦੀ ਜੈਨੋਸਾਈਡ ਜਿਹੜੀ ਆ, ਮੇਰੇ ਖਿਆਲ ਨਾਲ ਆਰਥਿਕ ਅਤੇ ਜਿਸਮਾਨੀ ਬੜੀ ਸੌਖੀ ਹੋ ਜਾਂਦੀ ਹੈ। ਹੁਣ ਜੇ ਸਰਸਵਤੀ ਨੂੰ ਪੰਜਾਬ ਦੇ ਰਾਹੀਂ ਪਾਣੀ ਨਾ ਵੀ ਭੇਜ ਸਕੇ ਇਹ, ਤਾਂ ਪਲੈਨ ਬੀ ਵੀ ਤਿਆਰ ਆ। ਜਿਸ ਤਰੀਕੇ ਨਾਲ ਬਿਆਸ ਦਾ ਪਾਣੀ ਹਿਮਾਚਲ ਦੇ ਵਿੱਚ ਟਨਲਾਂ ਪੱਟ ਕੇ ਅਤੇ ਉਹਨਾਂ ਨੇ ਸਤਲੁਜ ਦੇ ਵਿੱਚ ਰਲਾਇਆ, ਉਸੇ ਤਰੀਕੇ ਨਾਲ ਹੀ ਸਤਲੁਜ ਦਾ ਪਾਣੀ ਵੀ ਸਰਸਵਤੀ ਤੱਕ ਜਾ ਸਕਦਾ। ਸਰਸਵਤੀ ਹੈਰੀਟੇਜ ਬੋਰਡ ਨੇ ਤਾਂ ਇਹ ਪਲੈਨ ਆਲਰੇਡੀ ਪ੍ਰਪੋਜ਼ ਕਰਤੀ ਆ, ਜਿਹਦੇ ਵਿੱਚ 3 ਡੈਮਾਂ ਦਾ ਉਹਨਾਂ ਜ਼ਿਕਰ ਕੀਤਾ, ਆਦਬਦਰੀ, ਲੋਗੜ ਅਤੇ ਹਰੀਪੁਰ। ਇਹਨਾਂ ਜਗ੍ਹਾ 'ਤੇ ਡੈਮ ਬਣਾ ਕੇ ਪਾਣੀ ਦੇ ਬਹਾਅ ਨੂੰ ਬਦਲ ਕੇ ਹਿਮਾਚਲ ਵਿੱਚੋਂ ਹੀ ਸਰਸਵਤੀ ਦੇ ਵਿੱਚ ਲਿਜਾਇਆ ਜਾਣਾ। ਪਰ ਇਹ ਹੋਊਗਾ ਗੈਰ ਕਾਨੂੰਨੀ, ਅੰਤਰਰਾਸ਼ਟਰੀ ਕਾਨੂੰਨ ਰਾਹੀਂ ਵੀ ਅਤੇ ਹਿੰਦੁਸਤਾਨ ਦੇ ਕਾਨੂੰਨ ਰਾਹੀਂ ਵੀ। ਇਹ ਪੰਜਾਬੀਆਂ ਨੂੰ ਭੁੱਲਣਾ ਨਹੀਂ ਚਾਹੀਦਾ, ਇਹ ਬਿਲਕੁਲ ਗੈਰ ਕਾਨੂੰਨੀ ਹੋਊਗਾ। ਰਿਪੇਰੀਅਨ ਕਾਨੂੰਨ ਮੁਤਾਬਕ ਹਿਮਾਚਲ ਸਿਰਫ ਆਪਣੀਆਂ ਜ਼ਰੂਰਤਾਂ ਲਈ ਆਪਣੇ ਹਿੱਸੇ ਦਾ ਪਾਣੀ ਵਰਤ ਸਕਦਾ, ਪਰ ਉਹ ਪਾਣੀ ਦੇ ਕੁਦਰਤੀ ਬਹਾਅ ਨੂੰ ਰੋਕ ਕੇ ਜਾਂ ਬਦਲ ਕੇ ਗੈਰ ਰਿਪੇਰੀਅਨ ਸਟੇਟਾਂ ਨੂੰ ਨਹੀਂ ਦੇ ਸਕਦਾ, ਕਿਉਂਕਿ ਉਸ ਪਾਣੀ 'ਤੇ ਹੱਕ ਲੋਅਰ ਰਿਪੇਰੀਅਨ ਰਾਜ ਦਾ ਹੁੰਦਾ, ਜਾਣੀ ਕਿ ਪੰਜਾਬ ਦਾ। ਪਰ ਭਾਰਤੀ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉੜਾ ਪੰਜਾਬ ਦੇ ਇਸ ਹੱਕ 'ਤੇ ਡਾਕਾ ਮਾਰਿਆ। ਔਰ ਜੇਕਰ ਆਪਾਂ ਇਹਦੇ ਬਾਰੇ ਨਾ ਖਿਆਲ ਕੀਤਾ ਜਾਂ ਅੱਜ ਨਾ ਬੋਲੇ ਤਾਂ ਇਹ ਪੱਕੀ ਗੱਲ ਹੈ ਕਿ ਪਾਣੀ ਉਹਨਾਂ ਨੇ ਫਿਰ ਲੈ ਵੀ ਜਾਣਾ ਆ, ਅਤੇ ਅਸੀਂ ਨੁਕਸਾਨ ਵੀ ਜਿਹੜਾ ਕਦੀ ਵੀ ਨਹੀਂ, ਅਸੀਂ ਪਹਿਲੀ ਪਿਛਲੀ ਹਿਸਟਰੀ 'ਚ ਨਹੀਂ ਕਰਾਇਆ, ਇਸ ਤੋਂ ਵੀ ਕਿਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਦੀ ਸੋਚਿਆ ਨਹੀਂ ਹੋਊਗਾ, ਉਹੋ ਜਿਹਾ ਨੁਕਸਾਨ ਹੋਊਗਾ। ਹੋਰ ਪਾਣੀ ਦੀ ਤਾਂ ਗੱਲ ਛੱਡੋ, ਜੇ ਅਸੀਂ ਆਪਣਾ ਪਹਿਲਾ ਜਾਂਦਾ ਪਾਣੀ ਨਾ ਰੋਕਿਆ ਤਾਂ ਪੰਜਾਬ ਨੂੰ ਰੇਗਿਸਤਾਨ ਹੋਣ ਤੋਂ ਕੋਈ ਨਹੀਂ ਬਚਾ ਸਕਦਾ, ਅਤੇ ਇਸ ਲੁੱਟ ਨੂੰ ਰੋਕਣ ਲਈ ਸਾਨੂੰ 1966 ਦੇ ਰੀਔਰਗੇਨਾਈਜੇਸ਼ਨ ਐਕਟ ਅਤੇ 2004 ਦੇ ਟਰਮੀਨੇਸ਼ਨ ਆਫ ਵਾਟਰ ਐਕਟ ਦੀ ਧਾਰਾ 5
ਉਸ ਨੂੰ ਮੁੱਢੋਂ ਰੱਦ ਕਰਨਾ ਪਊ। ਪੰਜਾਬ ਦੇ ਜਿਹੜੇ ਸਿਆਸੀ ਨੇਤਾ ਆ ਕਦੀ ਵੀ ਇਹਨਾਂ ਕਲੋਜ਼ ਨੂੰ 78, 79, 80 ਨੂੰ ਰੱਦ ਕਰਾਉਣ ਦੀ ਮੰਗ ਨਹੀਂ ਕਰਦੇ ਸੈਂਟਰ ਸਰਕਾਰ ਤੋਂ, ਜਦਕਿ ਅਸਲੀ ਪੁਆੜੇ ਦੀ ਜੜ੍ਹ ਇਹ ਕਲੋਜ਼ ਆ ਇਸ ਸਾਰੇ ਦਰਿਆਈ ਪਾਣੀਆਂ ਦੇ ਝਗੜੇ ਦੀ, ਪੰਜਾਬ ਦੀ ਬਿਜਲੀ ਦੇ ਜੋ ਬਿਜਲੀ ਦੂਸਰੀਆਂ ਸਟੇਟਾਂ ਨੂੰ ਜਾ ਰਹੀ ਆ, ਜਾਂ ਪੰਜਾਬ ਦੇ ਜਿਹੜੇ ਹੈੱਡਵਰਕਸ ਨੇ ਦਰਿਆਵਾਂ ਦੇ ਉੱਤੇ ਬਣੇ ਹੋਏ, ਉਹ ਸਾਰੀਆਂ ਜਿਹੜੀਆਂ ਡੈਮਾਂ ਦੇ ਜੋ ਵੀ ਆਪਣਾ ਨਹਿਰਾਂ ਨੇ ਪੰਜਾਬ ਦੇ ਵਿੱਚ, ਸਾਰਾ ਇਹ ਕਲੋਜ਼ ਉਹਦੇ 'ਤੇ ਸੈਂਟਰ ਕੰਟਰੋਲ ਕਰਦਾ ਜੀ। ਇਹ ਜਿਹੜੀਆਂ ਕਲੋਜ਼ ਜਿੰਨੀ ਦੇਰ ਤੱਕ ਅਮੈਂਡ ਨਹੀਂ ਹੁੰਦੀਆਂ ਜਾਂ ਡਿਲੀਟ ਨਹੀਂ ਹੁੰਦੀਆਂ, ਪੰਜਾਬ ਦੇ ਜਿਹੜੇ ਦਰਿਆਈ ਪਾਣੀਆਂ ਦਾ ਕੋਈ ਸਲੂਸ਼ਨ ਨਹੀਂ ਨਿਕਲਣਾ। ਇਫ ਵੀ ਵਾਂਟ ਟੂ ਅਵੋਇਡ ਫਿਊਚਰ ਵਾਇਲੈਂਸ, ਵੀ ਹੈਵ ਟੂ ਸਟਾਰਟ ਟੂ ਕੁਐਸਚਨ ਦ ਸਟੇਟ ਐਂਡ ਇਟਸ ਐਕਸ਼ਨਸ। ਗੱਲ ਇੰਪੋਰਟੈਂਟ ਇਹ ਨਹੀਂ ਹੁੰਦੀ ਵੀ ਤੁਸੀਂ ਸਰਕਾਰ ਦੇ ਖਿਲਾਫ ਲੜਦੇ ਹੋ ਕਿ ਨਹੀਂ ਲੜਦੇ, ਗੱਲ ਇਹ ਹੈ ਤੁਸੀਂ ਲੜਦੇ ਕਿਹੜੇ ਪੈਂਤੜੇ ਤੋਂ। ਇਨੀਸ਼ੀਏਟਿਵ ਤੁਹਾਡੇ ਕੋਲ ਹੈ ਕਿ ਤੁਹਾਡੇ ਵਿਰੋਧੀ ਕੋਲ ਹੈ, ਉਹ ਤੁਹਾਨੂੰ ਕਿਵੇਂ ਖਿਡਾਉਣਾ ਚਾਹੁੰਦਾ ਹੈ, ਕਿਉਂਕਿ ਵਾਰ ਦਾ ਤਾਂ ਪਹਿਲਾ ਅਸੂਲ ਹੀ ਇਹ ਹੈ ਵੀ ਜਿਵੇਂ ਉਹ ਲੜਨਾ ਚਾਹੁੰਦਾ ਉਵੇਂ ਨਹੀਂ, ਜਿਵੇਂ ਅਸੀਂ ਲੜਨਾ ਚਾਹੁੰਦੇ ਅਸੀਂ ਲੜਨਾ। ਜੇਕਰ ਅਸੀਂ ਪੰਜਾਬੀ ਇੱਕਮੁੱਠ ਨਾ ਹੋਏ, ਚਾਹੇ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਚਾਹੇ ਪੰਜਾਬ ਤੋਂ ਬਾਹਰ ਰਹਿੰਦੇ ਹਾਂ, ਸਾਡਾ ਕੋਈ ਵੀ ਧਰਮ ਹੋਵੇ, ਸਾਡੀ ਕੋਈ ਵੀ ਆਰਥਿਕ ਦਸ਼ਾ ਹੋਵੇ, ਸਾਨੂੰ ਅੱਜ ਖੜਨ ਦੀ ਲੋੜ ਆ, ਗੱਲਬਾਤ ਕਰਨ ਦੀ ਲੋੜ ਆ, ਨਹੀਂ ਤਾਂ ਭਵਿੱਖ ਵਿੱਚ ਅਸੀਂ ਬੇਆਬ ਹੋ ਜਾਵਾਂਗੇ, ਫਿਰ ਸਾਨੂੰ ਪਛਤਾਉਣਾ ਹੀ ਪਊਗਾ। ਦੇਸ਼ ਪੰਜਾਬ ਜਿਸ ਦੀ ਹੋਂਦ ਹੀ ਇਸ 'ਤੇ ਆਬਾਂ ਕਰਕੇ ਹੈ, ਜਦ ਇਸ ਦੀ ਰੂਹ ਇਸ ਦੇ ਪਾਣੀ ਹੀ ਨਾ ਰਹੇ ਤਾਂ ਬੰਜਰ ਹੋਈ ਇਸ ਧਰਤੀ ਦੀ ਨਾ ਤਾਂ ਕੋਈ ਬੋਲੀ ਬਚਣੀ ਹੈ ਨਾ ਕੋਈ ਵਿਰਸਾ। ਔਰ ਇੱਥੇ ਜਿਹੜੇ ਰਹਿਣ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਆਪਣਾ ਘਰ ਬਾਰ ਸਮੇਟ ਕੇ ਕਿਤੇ ਪਾਣੀ ਦੀ ਭਾਲ ਦੇ ਵਿੱਚ, ਰੋਟੀ ਦੀ ਭਾਲ ਦੇ ਵਿੱਚ ਹੋਰਨਾਂ ਜਗ੍ਹਾ 'ਤੇ ਪ੍ਰਵਾਸ ਕਰਨਾ ਪਊਗਾ। ਔਰ ਜਿਹੜੀ ਸਾਡੀ ਹੈ ਗੁਰੂਆਂ ਦੀ ਧਰਤੀ ਹੈ ਜਿਹਦੇ ਨਾਲ ਸਾਡਾ ਪਿਆਰ ਆ, ਉਹ ਜਿਹੜੀ ਹੈਗੀ ਆ ਉੱਥੋਂ ਦੇ ਰਹਿਣ ਵਾਲੇ ਜਿਹੜੇ ਵਸਨੀਕ ਨੇ ਉਹ ਕਿਸੇ ਨਾ ਕਿਸੇ ਦਿਨ ਫਿਰ ਆਪਾਂ ਮਿਊਜ਼ੀਅਮ 'ਚ ਦੇਖਿਆ ਕਰਾਂਗੇ ਕਿ ਇਹੋ ਜਿਹੇ ਪੰਜਾਬੀ ਸੀਗੇ, ਇਹੋ ਜਿਹਾ ਇਹਨਾਂ ਦਾ ਕਲਚਰ ਸੀਗਾ, ਇੱਦਾਂ ਦਾ ਤਾਂ ਰੰਗਲਾ ਪੰਜਾਬ ਸੀਗਾ। ਉਹ ਰੰਗ ਰੂੰਗ ਖਤਮ ਹੋ ਜਾਣੇ ਆ, ਇੱਕੋ ਹੀ ਰੰਗ ਰਹਿ ਜਾਣਾ, ਉਹ ਮਿੱਟੀ ਦਾ, ਉਹ ਰੇਗਿਸਤਾਨ ਬਣ ਜੂਗਾ। ਪੰਜਾਬ ਦਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਆ, ਕੋਈ 100-200 ਸਾਲ ਦੀ ਗੱਲ ਨਹੀਂ। ਇਹਨੇ ਵੱਡੇ ਵੱਡੇ ਜਾਵਰਾਂ ਦੇ ਮੂੰਹ ਮੋੜੇ ਨੇ। ਇਹ ਇਸ ਮਿੱਟੀ ਦੀ, ਇਸ ਪਾਣੀ ਦੀ ਖਾਸੀਅਤ ਆ, ਨਿਸ਼ਾਨਾ ਵੀ ਇਹਨੂੰ ਇਸੇ ਕਰਕੇ ਬਣਾਇਆ ਜਾ ਰਿਹਾ ਕਿ ਇਸ ਧਰਤੀ ਨੂੰ ਹੀ ਉਜਾੜ ਦਿਓ। ਜੇਕਰ ਅਸੀਂ ਆਪਣੇ ਪੰਜਾਬ ਦੇ ਪਾਣੀ ਨੂੰ ਨਾ ਬਚਾ ਸਕੇ, ਸਾਡਾ ਜਿਹੜਾ ਨਾਂ ਪੰਜ ਆਬੀ ਜਾਂ ਪੰਜ ਆਬ ਤੋਂ ਬਣਿਆ ਆ, ਜਿਹੜਾ ਕਿ ਅੱਜ ਡੇਢ ਆਬ 'ਤੇ ਖੜ੍ਹਾ ਆ, ਇਹ ਆਬ ਜਦੋਂ ਸਾਡੇ ਕੋਲ ਨਾ ਰਿਹਾ ਤਾਂ ਸਾਡੀ ਹੋਂਦ ਵੀ ਇਸ ਦੁਨੀਆਂ ਤੋਂ ਮੁੱਕ ਜਾਊਗੀ। ਅਤੇ ਇਸ ਵਾਰ ਦਾ ਇਹ ਹਮਲਾ ਆਖਰੀ ਹੋ ਨਿਬੜੂ ਜੇ ਅਸੀਂ ਕੁਤਾਹੀ ਕਰ ਗਏ। ਬਲਦਾਂ ਦੀ।